ਹਰਜਿੰਦਰ ਸਿੰਘ ਸੂਰੇਵਾਲੀਆ ਦੀ ਪੁਸਤਕ ਅਦਵੀ ਚੇਰੇ ਦਾ ਅਗਲਾ ਰੇਖਾ ਚਿੱਤਰ ਕੇ ਐਲ ਗਰਗ ਮੋਗੇ ਦਾ ਮਸਖਰਾ ਬਾਣੀਆਂ ਕੇ ਐਲ ਗਰਗ ਮੋਗੇ ਸ਼ਹਿਰ ਦੇ ਇਹਨ ਵਿਚਕਾਰ ਮੁਹੱਲਾ ਕ੍ਰਿਸ਼ਨਪੁਰਾ ਦੀ ਗਲੀ ਨੰਬਰ 9 ਵਿੱਚ ਕ੍ਰਿਸ਼ਨ ਲਾਲ ਯਾਨੀ ਕਿ ਕੇ ਐਲ ਗਰਗ ਦਾ ਘਰ ਹੈ ਕਲੀ ਭਾਵੇਂ 15 16 ਫੁੱਟ ਚੌੜੀ ਹੈ ਪਰ ਬਾਣੀਆਂ ਦੇ ਘਰਾਂ ਅੱਗੇ ਬਣੀਆਂ ਥੜੀਆਂ ਤੇ ਟਲਾਣਾ ਕਰਕੇ ਬਰਾਬਰ ਬਰੋਬਰ ਦੋ ਗੱਡੀਆਂ ਮੁਸ਼ਕਲ ਨਾਲ ਹੀ ਲੰਘਦੀਆਂ ਗਲੀ ਦੇ ਸਿਰੇ ਤੇ ਮਾਡਲ ਸਕੂਲ ਦੀ ਮੌਜੂਦਗੀ ਕਈ ਵਾਰ ਟ੍ਰੈਫਿਕ ਜਮ ਵਾਲੀ ਸਮੱਸਿਆ ਖੜੀ ਕਰ ਦਿੰਦੀ ਹੈ। ਮੇਰੀ ਗੱਡੀ ਜਿਉਂ ਹੀ ਗਰਗ ਦੀ ਗਲੀ 'ਚ ਦਾਖਲ ਹੋਈ ਤਾਂ ਉੱਥੇ ਸਕੂਟਰਾਂ ਕਾਰਾਂ ਦਾ ਖੜ ਜਿਆ ਆਇਆ ਹੋਇਆ ਸੀ। ਬਹੁਤ देर ਪਹਿਲਾਂ ਆਇਆ ਹੋਣ ਕਾਰਨ ਮੈਨੂੰ ਗਰਗ ਦੇ ਘਰ ਦੀ ਪਛਾਣ ਵੀ ਭੁੱਲੀ ਹੋਈ ਸੀ ਤੇ ਉਧਰ ਮੈਂ ਜਮ 'ਚ ਫਸ ਚਲੇਆ ਸੀ। ਮੈਂ ਗਰਗ ਨੂੰ ਫੋਨ ਲਾ ਕੇ ਮੁਸ਼ਕਲ ਦੱਸੀ ਮੇਰੇ ਵੱਲ ਚੱਲ ਪਿਆ। ਉਸੇ ਸਮੇਂ ਮੈਨੂੰ ਇੱਕ ਪਾਸੇ ਤੋਂ ਰਸਤਾ ਮਿਲਿਆ ਤਾਂ ਮੈਂ ਗੱਡੀ ਅੱਗੇ ਕੱਢ ਲਈ ਪਰ ਉਸੇ ਵਕਤ ਇੱਕ ਸੇਠ ਨੇ ਅੱਗੇ ਤੋਂ ਆਪਣੀ ਅਲਟੋ ਮੂਰੀਲਿਆ ਅੜਾਈ ਉਹ ਆਸਾਨੀ ਨਾਲ ਕਾਰ ਪਿੱਛੇ ਕਰ ਸਕਦਾ ਸੀ ਪਰ ਟਿੱਟਣ ਵਾਂਗ ਉਹ ਅੱਗੇ ਹੀ ਆਉਣ ਲਈ ਬਜੇਦ ਸੀ ਮੇਰੇ ਸੱਜੇ ਹੱਥ ਵੀ ਇੱਕ ਘਰ ਦੇ ਅੱਗੇ ਕਾਰ ਖਲੋਤੀ ਸੀ ਤੇ ਪਿੱਛੇ ਖੱਬੇ ਆ ਤੇ ਇੱਕ ਮਕਾਨ ਮੂਰੇ ਵੀ ਕਾਰ ਛਾੜ ਦੇ ਕੇ ਖੜਾਈ ਹੋਈ ਸੀ ਦੋਹਾਂ ਕਾਰਾਂ ਦੇ ਵਿੱਚ ਕਾਰ ਦੇ ਮੈਨੂੰ ਆਪਣੀ ਲੰਮੀ ਗੱਡੀ ਪਿਛਾਂ ਹਟਾਉਣੀ ਬਹੁਤ ਮੁਸ਼ਕਲ ਸੀ ਸਕੂਟਰਾਂ ਵਾਲੇ ਵੀ ਲੰਘਣ ਲਈ ਕਾਲੇ ਸੀ ਗਰਗਵੀ ਗਲੀ ਦੇ ਸਿਰੇ ਤੇ ਆ ਗਿਆ ਕਾਰ ਵਾਲਾ ਸੇਠ ਮੈਨੂੰ ਪਿੱਛੇ ਹਟਣ ਲਈ ਹਾਰਨ ਮਾਰ ਰਿਹਾ ਸੀ ਤੇ ਮੈਂ ਗਰਗਵਲ ਮੱਦ ਲਈ ਝਾਕਿਆ ਪਰ ਉਹ ਤਾਂ ਸ਼ੋਲੇ ਫਿਲਮ ਦੇ ਠਾਕੁਰ ਸੰਜੀਵ ਕੁਮਾਰ ਵਾਂਗ ਸ਼ਾਲ ਦੀ ਬੁੱਕਲ ਮਾਰੀ ਬੜੀ ਬੇਬਸ ਖਲੋਤਾ ਸੀ ਕਾਰ ਦੀ ਮੁਰਲੀ ਸੀਟ ਤੇ ਬੈਠੀ ਔਰਤ ਮੇਰੇ ਕੋਲ ਆ ਕੇ ਝਿੜਕਣ ਵਾਂਗ ਬੋਲਣ ਲੱਗ ਪਈ ਭਾਈ ਸਾਹਿਬ ਤੁਸੀਂ ਵੇਖਣਾ ਸੀ ਕਿ ਅੱਗੇ ਸੇ ਵੀ ਗੱਡੀ ਆ ਰਹੀ ਹੈ ਹੁਣ ਤੁਸੀਂ ਆਪਣੀ ਗੱਡੀ ਪਿੱਛੇ ਹਟਾਓ ਮੈਂ ਕਹਿਣਾ ਚਾਹੁੰਦਾ ਸੀ ਕਿ ਤੁਸੀਂ ਵੀ ਤਾਂ ਵੇਖਣਾ ਸੀ ਕਿ ਅੱਗੋਂ ਗੱਡੀ ਆ ਰਹੀ ਹੈ ਪਰ ਚੁੱਪ ਹੀ ਰਿਹਾ ਪਹਿਲੀ ਵਾਰ ਮੈਨੂੰ ਅਹਿਸਾਸ ਹੋਇਆ ਕਿ ਆਪਣੀ ਗਲੀ 'ਚ ਕੁੱਤਾ ਕਿਵੇਂ ਸ਼ੇਰ ਹੁੰਦਾ ਹੈ। ਮੈਨੂੰ ਹੀ ਆਪਣੀ ਗੱਡੀ ਬੈਕ ਕਰਨੀ ਪਈ ਤੇ 15-20 ਮਿੰਟ ਦੇ ਖਲਜਗਨ ਤੋਂ ਬਾਅਦ ਮੈਂ ਗੱਡੀ ਗਰਗ ਦੇ ਘਰ ਦੇ ਕੋਲ ਇੱਕ ਪਾਸੇ ਖੜ ਕਰਨ 'ਚ ਸਫਲ ਹੋਇਆ। ਗਲੀ ਦੇ ਦੋਵੇਂ ਪਾਸਿਆਂ ਦੇ ਮਕਾਨ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ। ਕਿਤੇ ਇੰਚ ਥਾਂ ਦੀ ਵੀ ਵਿਰਲ ਨਹੀਂ। ਗਲੀ ਦੇ ਅਖੀਰ ਜਏ ਤੇ ਸੱਜੇ ਹੱਥ ਗਰਗ ਦਾ ਮਕਾਨ ਹੈ ਤੇ ਇਹਦੀ ਡਿਊਟੀ ਨੂੰ ਲੋਹੇ ਦੇ ਮੋٹے-ਮੋٹے ਲਾਲ ਰੰਗ ਕੀਤੇ ਸਰੀਆਂ ਵਾਲਾ ਗੇਟ ਲੱਗਾ ਹੋਇਆ ਹੈ। ਗੇਟ ਦੀ ਉਚਾਈ ਛੱਤ ਤੱਕ ਜਾਂਦੀ ਹੈ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਸੈਂਟਰਲ ਜੇਲ ਦੇ ਜਿਉੜੀ ਚ ਦਾਖਲ ਹੋ ਰਹੀ ਹੋਈ ਹੈ ਪਰ ਇਹ ਤਾਂ ਅੰਦਰੋਂ ਛੋਟੀ ਜੀ ਦਰਵਾਜ਼ਾ ਹੀ ਹੈ ਬਾਹਰੋਂ ਤਏ ਦੇ ਸੱਜੇ ਪਾਸੇ ਵਾਲੀ ਬੈਠਕ ਵੀ ਗਰਗ ਦੇ ਮਕਾਨ ਦਾ ਹਿੱਸਾ ਹੀ ਜਾਪਦੀ ਸੀ ਇਸ ਦਰਵਾਜ਼ੇ ਵਿੱਚ ਗਰਗ ਦਾ ਸਕੂਟਰ ਖੜਦਾ ਹੈ ਇਹਦੇ ਖੱਬੇ ਹੱਦ ਛੋਟੀ ਜੀ ਬੈਠਕ ਹੈ ਜਿਸ 'ਚ ਇੱਕ ਸੋਫਾ ਤੇ ਇੱਕ ਦੀਵਾਨ ਹੀ ਲੱਗ ਸਕਦਾ ਹੈ ਤੇ ਉਹ ਲੱਗੇ ਹੋਏ ਹਨ ਬੈਠਕ ਦਾ ਇੱਕ ਬੂਆ ਬਾਹਰ ਗਲੀ 'ਚ ਖੁੱਲਦਾ ਹੈ ਤੇ ਉਹਦੇ ਸਾਹਮਣੇ ਵਾਲਾ ਦੂਸਰੇ ਅੰਦਰ ਛੋਟੇ ਜਿਹੇ ਦੋ ਕਮਰਿਆਂ ਦੇ ਵਿਹੜੇ ਵਿੱਚ ਬੈਠਕ ਦੇ ਨਾਲ ਹੀ ਮੰਜੇ ਕੋ ਜਿੱਡੀ ਰਸੋਈ ਹੈ ਰਸੋਈ ਦੇ ਸਾਹਮਣੇ ਇੱਕ ਬੈੱਡਰੂਮ ਹੈ ਨਾਲ ਛੋਟੀ ਜਿਹੀ ਗੈਲਰੀ ਚ ਬਾਥਰੂਮ ਤੇ ਟਾਇਲਟ ਦਾ ਬੂਆ ਹੈ ਗਰਗਦਾਇ ਇਹ ਛੋਟਾ ਜਿਹਾ 4-5 ਮਰਲੇ ਦਾ ਸਾਫ ਸੁਥਰਾ ਘਰ ਹੈ ਜਿਸ ਹਰ ਵਸਤੂ ਆਪਣੇ ਥਾਂ ਟਿਕਾਣੇ ਸਿਰ ਪਈ ਹੈ ਤੇ ਕੋਈ ਵੀ ਚੀਜ਼ ਫालतू ਨਜ਼ਰ ਨਹੀਂ ਆਉਂਦੀ ਬੈੱਡਰੂਮ ਦੇ ਨਾਲ ਹੀ ਉੱਪਰ ਪੌੜੀਆਂ ਚੜ੍ਹਦੀਆਂ ਤੇ ਮਕਾਨ ਦੀ ਚੌੜਾਈ ਜਿੰਨਾ 15 ਕੋ ਫੁੱਟ ਚੌੜਾ ਉੱਪਰ ਕਮਰਾ ਹੈ ਜੋ 3 ਇਨ 1 ਗਰਗਦੀ ਲਾਇਬ੍ਰੇਰੀ ਪਤਨੀ ਦਾ ਕੰਪਿਊਟਰ ਰੂਮ ਤੇ ਮਹਿਮਾਨ ਕਮਰਾ ਹੈ। ਚੁਬਾਰੇ ਦੀਆਂ ਬਾਹਰ ਲੀਆਂ ਦੋਹਾਂ ਕੰਦਾਂ ਦੇ ਨਾਲ ਕਿਤਾਬਾਂ ਦੇ ਭਰੇ ਰੈਕ ਲੱਗੇ ਹੋਏ ਐ। 10000 ਦੇ ਕਰੀਬ ਨੋਵਲ, ਕਹਾਣੀਆਂ, ਹਾਸ ਵਿਅੰਗ ਤੇ ਅੰਗਰੇਜ਼ੀ ਦੀਆਂ ਕਿਤਾਬਾਂ ਵੱਖੋ-ਵੱਖਰੇ ਖਾਨਿਆਂ 'ਚ ਬੜੇ ਸਲੀਕੇ ਤੇ ਤਰਤੀਬ ਅਨੁਸਾਰ ਛਿਣੀਆਂ ਹੋਈਆਂ। ਸਾਰੇ ਘਰ 'ਚ ਮਿੱਟੀ ਦੀ ਇੱਕ ਝੁੰਡੀ ਵੀ ਨਹੀਂ ਮਿਲ ਸਕਦੀ ਤੇ ਪਿੰਡਵਾਲਿਆਂ ਦੀ ਆਖਰ ਭਾਵੇਂ ਕਿਤੇ ਵੀ ਭੁੰਜੇ ਰੱਖ ਕੇ ਰੋਟੀ ਖਾ ਲਈ ਜਾਏ। ਮੋਗੇ ਦੇ ਇਸ ਬਹੁਪੱਖੀ ਲੇਖਕ ਦੀ ਬਸ ਇਹ ਜ਼ਮੀਨੀ ਜਾਇਦਾਦ ਜਾਂ ਚੱਲ ਪ੍ਰਾਪਰਟੀ ਹੈ ਜੋ ਇਹ ਮਾਸਟਰ ਆਪਣੀ ਸਾਰੀ ਜ਼ਿੰਦਗੀ ਚ ਬਣਾ ਸਕਿਆ। ਉਹਨੂੰ ਵਿਰਸੇ ਚ ਤਾਂ ਕੁਝ ਵੀ ਪ੍ਰਾਪਤ ਨਹੀਂ ਸੀ ਹੋਇਆ ਸਿਵਾਏ ਭੁੱਖ ਨੰਗ ਤੇ ਗਰੀਬੀ ਦੇ। ਜਦੋਂ ਮਾੜੇ ਦਿਨ ਆ ਜਾਂਦਾ ਜੱਟ ਨੂੰ ਸ਼ਰਾਬ ਪੀਣ ਦੀ ਲਤ ਲੱਗ ਜਾਂਦੀ ਹੈ ਤੇ ਬਾਣिए ਨੂੰ ਸੱਟੇ ਦੀ। ਧੂਰੀ ਸ਼ਹਿਰ ਚ ਚੰਗੇ ਭਲੇ ਕਾਰੋਬਾਰ ਦਾ ਮਾਲਕ ਗਰਗ ਦਾ ਪਿਤਾ ਸੱਟੇ ਦਾ ਰੋਗ ਲਾ ਬੈਠਾ ਸੀ ਤੇ ਸੱਟੇ ਦੇ ਸਿੱਟੇ ਵੱਜੋਂ ਗਰਗ ਪਰਿਵਾਰ ਕੰਗਾਲ ਹੋ ਗਿਆ। ਜੁਏ ਨੇ ਤਾਂ ਕਰਮਾਂ ਪੰਡਵਾ ਨਾ ਕੁਝ ਨਹੀਂ ਸੀ ਛੱਡਿਆ ਤੇ ਗਰਗ ਦਾ ਬਾਈ ਬਚਨ ਕਿਹੜੇ ਬਾਗ ਦੀ ਮੁੱਲੀ ਸੀ ਬਚਨ ਦੇ ਸਵੱਲੇ ਰੋਗ ਨੇ ਗਰਗ ਤੇ ਉਹਦੇ ਪੰਜਾਂ ਭਰਾਵਾਂ ਦਾ ਬਚਪਨ ਹੀ ਰੋਲ ਦਿੱਤਾ ਸੀ ਗਰਗ ਦੇ ਜਨਮ ਵੇਲੇ ਤੱਕ ਤਾਂ ਉਹਨਾਂ ਦਾ ਕਾਰੋਬਾਰ ਵਧੀਆ ਸੀ ਪਰ ਜਦੋਂ ਹੀ ਉਹਨੂੰ ਸੁਰਤ ਆਈ ਉਹ ਗੁਰਬਤ ਵਿੱਚ ਗੱਡੇ ਹੋਏ ਸੀ ਉਹਦਾ ਤਾਂ ਬਚਪਨ ਤੇ ਜਵਾਨੀ ਘੋਰ ਗਰੀਬੀ ਚ ਬੀਤੇ ਤੇ ਗਰੀਬੀ ਨੇ ਹੀ ਉਹਨੂੰ ਬਚਪਨ ਤੋਂ ਹੀ ਮਿਹਨਤ ਕਰਨੀ ਸਿਖਾ ਦਿੱਤੀ ਸੀ ਜਦੋਂ ਉਹ ਦੇ ਗਲੀਆਂ 'ਚ ਖੇਡਣ ਦੇ ਦਿਨ ਸੀ ਤਾਂ ਉਹਨੂੰ ਗਲੀਆਂ 'ਚ ਰੇੜੀਆਂ ਤੇ ਬਰਫ਼ ਵੇਚਣੀ ਪੈ ਰਹੀ ਸੀ। ਜਦੋਂ ਉਹ ਦੇ ਸਾਥੀ ਰੱਦੀ ਅਖਬਾਰਾਂ ਦੇ ਪਤੰਗ ਬਣਾਵਣਾ ਉਡਾਉਂਦੇ ਸੀ ਤੇ ਅਖਬਾਰਾਂ 'ਚੋਂ ਮੂਰਤਾਂ ਕੱਟ-ਕੱਟ ਰੱਖਦੇ ਸੀ ਤਾਂ ਗਰਗੁਨਾ ਰੱਦੀ ਅਖਬਾਰਾਂ ਦੇ ਹਜ਼ਾਰਾਂ ਦੀ ਤਾਦਾਦ 'ਚ ਲਫਾਫੇ ਬਣਾਵਣਾ ਘਰ ਦੀ ਡਿਗਦੀ ਆਰਥਿਕਤਾ ਨੂੰ ਠੁੰਮਣਾ ਦੇਣ ਲਈ ਵੇਚਿਆ ਕਰਦਾ ਸੀ। ਸਕੂਲ ਦੀ ਫੀਸ ਦੇਣ ਲਈ ਵੀ ਉਹਨਾਂ ਕੋਲ ਪੈਸੇ ਨਹੀਂ ਸੀ ਹੁੰਦੇ ਤੇ ਉਹਨਾਂ ਨੂੰ ਮਾਸਟਰਾਂ ਦੀਆਂ ਮਿੰਨਤਾਂ ਤਰਲੇ ਕਰਕੇ ਫੀਸਾਂ ਮਾਫ਼ ਕਰਵਾਉਣੀਆਂ ਪੈਂਦੀਆਂ ਸੀ। ਗਰਗ ਨੂੰ ਬਚਪਨ ਚ ਫਿਲਮਾਂ ਵੇਖਣ ਦਾ ਵੀ ਮਾੜਾ ਪਸ ਪੈ ਗਿਆ ਤੇ ਉਹ ਘਰੇ ਜਗਦਿਆਂ ਜੋਤਾਂ ਦੇ ਅੱਗੇ ਪੈਸੇ ਚੋਰੀ ਕਰਕੇ ਆਪਣਾ ਇੱਛਾਸ ਪੂਰਾ ਕਰਨ ਲੱਗ ਪਿਆ ਸੀ ਇੱਕ ਵਾਰ ਉਹਦੇ ਇੱਕ ਸਕੂਲ ਮਾਸਟਰ ਨੇ ਉਹਨੂੰ ਫਿਲਮ ਵੇਖਦਿਆਂ ਮੌਕੇ ਤੇ ਫੜ ਕੇ ਟਕੋਰ ਲਈ ਸੀ ਫੀਸਾਂ ਦੇਣ ਵਾਲੇ ਮਾਂ ਦੇ ਖਸਮ ਗਰੀਬ ਬਣ ਜਾਂਦੇ ਐ ਤੇ ਫਿਲਮ ਵੇਖਣ ਨੂੰ ਇਹਨਾਂ ਕੋਲ ਪੈਸੇ ਪਤਾ ਨਹੀਂ ਕਿੱਥੋਂ ਆ ਜਾਂਦੇ ਐ ਤੇ ਜਦੋਂ ਗਰਗ ਆਪ ਮਾਸਟਰ ਬਣ ਗਿਆ ਸੀ ਤੇ ਉਹਨੂੰ ਉਸ ਮਾਸਟਰ ਦੀ ਗੱਲ ਹਮੇਸ਼ਾ ਹੀ ਰੜਕਦੀ ਰਹੀ ਸੀ ਕਿਉਂਕਿ ਉਹਦੇ ਨਾਲ ਦੇ ਮਾਸਟਰ ਵੀ ਗਰੀਬ ਵਿਦਿਆਰਥੀਆਂ ਨੂੰ ਅਜੈ ਤਾਂ ਨੇ ਮੇੜੇ ਮਾਰਦੇ ਸੀ ਤੇ ਪੁੱਠੇ ਸਿੱਧੇ ਸਵਾਲ ਪੁੱਛ ਕੇ ਉਹਨਾਂ ਦੀ ਗਰੀਬੀ ਦਾ ਮਜ਼ਾਕ ਵੀ ਉਡਾਉਂਦੇ ਸੀ ਪਰ ਗਰਗ ਨੇ ਆਪਣੇ ਪ੍ਰਿੰਸੀਪਲ ਨੂੰ ਕਹਿ ਦਿੱਤਾ ਸੀ ਕਿ ਉਹ ਕਦੇ ਵੀ ਫੀਸ ਮਾਫੀ ਵਾਲੇ ਗਰੀਬ ਵਿਦਿਆਰਥੀ ਤੋਂ ਅਜਿਹੀ ਘਟੀਆ ਕਿਸਮ ਦੀ ਇਨਕੁਆਰੀ ਨਹੀਂ ਕਰੇਗਾ ਗਰਗ ਗਰੀਬ ਬੱਚਿਆਂ ਦਾ ਦਰਦ ਸਮਝਦਾ ਸੀ ਤੇ ਆਪਣੀ ਸਾਰੀ ਸਰਵਿਸ ਦੌਰਾਨ ਉਹ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਦਾ ਰਿਹਾ ਇੱਕ ਵਾਰ ਉਹ ਕਾਫੀ ਨੇਰਾ ਹੋਏ ਤੋਂ ਮੋਗੇ ਦੇ ਬੱਸ ਸਟੈਂਡ ਤੋਂ ਬਿਨਾ ਪੈਸੇ ਮੁਕਾਏ ਘਰ ਜਾਣ ਲਈ ਰਿਕਸ਼ੇ ਤੇ ਬੈਠ ਗਿਆ ਉਦੀ ਛੱਟ ਲੱਗੀ ਵੀ ਹੋਈ ਸੀ ਤੇ ਉਹ ਸੋਚ ਰਿਹਾ ਸੀ ਕਿ ਅੱਜ ਰਿਕਸ਼ੇ ਵਾਲਾ ਜਿੰਨੇ ਵੀ ਪੈਸੇ ਮੰਗੇਗਾ ਉਨੇ ਹੀ ਦੇ ਦੇਗਾ ਤੇ ਮਾਸਟਰਾਂ ਵਾਲਾ ਲਿਚੜ ਪੋਣਾ ਨਹੀਂ ਵਿਖਾਏਗਾ ਪਰ ਰਿਕਸ਼ਾ ਚਾਲਕ ਤਾਉ ਤੋਂ ਪੈਸੇ ਨਹੀਂ ਲੈ ਰਿਆ ਸੀ ਤੇ ਗਰਗ ਨੂੰ ਅੱਜ ਮੂੰਹੋਂ ਮੰਗੇ ਪੈਸੇ ਦੇਣ ਲਈ ਤਿਆਰ ਸੀ ਅਖੀਰ ਰਿਕਸ਼ੇ ਵਾਲੇ ਨੇ ਹੱਥ ਜੋੜ ਕੇ ਕਿਹਾ ਮਾਸਟਰ ਜੀ ਮੈਂ ਤਾਂ ਤੁਹਾਡੇ ਕੋਲ ਪੜਦਾ ਰਿਆਂ ਮਸਾਂਈ ਦਾ ਮੈਨੂੰ ਅੱਜ ਮੌਕਾ ਮਿਲਿਆ ਤੁਹਾਡੇ ਕੀਤੇ ਆਸਾਨਾਂ ਦਾ ਕੁਝ ਕੁ ਤਾਂ ਬਦਲਾ ਚੁਕਾ ਸਕਾਂ ਅੱਜ ਤਾਂ ਮੈਂ ਤੇ ਮੇਰਾ ਰਿਕਸ਼ਾ ਧੰਨ ਧੰਨ ਹੋ ਗਏ ਆ 10ਵੀਂ ਚੋਂ ਗਰਗ ਨੇ ਹਾਈ ਫਰਸਟ ਡਿਵੀਜ਼ਨ ਪ੍ਰਾਪਤ ਕਰਕੇ ਮਲੇਰ ਕੋਟਲਾ ਦੇ ਸਰਕਾਰੀ ਕਾਲਜ ਤੋਂ ਐਫਐਸਸੀ ਦੀ ਡਿਗਰੀ ਹਾਸਲ ਕਰ ਲਈ ਤਾਂ ਉਹਨੂੰ ਪੰਜਾਬ ਰਾਜ ਬਿਜਲੀ ਬੋਰਡ ਸੰਗਰੂਰ ਵਿਖੇ ਕਲਰਕ ਦੀ ਨੌਕਰੀ ਮਿਲ ਗਈ। ਉਹ ਰੋਜ਼ਾਨਾ ਬਸ ਤੇ ਧੂਰੀ ਤੋਂ ਸੰਗਰੂਰ ਜਾਣ ਆਉਣ ਕਰਨ ਲੱਗਿਆ। ਤਾਂਬੇ ਰੰਗਾ ਗੋਰਾ ਗਰਗ ਬਾਣੀਆਂ ਨੇ ਬ੍ਰਾਹਮਣਾ ਦਾ ਪੁੱਤ ਜਾਪਦਾ ਹੈ। ਚਿੱਟੇ ਦੰਦਾਂ ਦੀ ਉਹਦੀ ਮੁਸਕਰਾਟ ਕਿਸੇ ਦਾ ਵੀ ਮਨ ਮੋਹ ਸਕਣ ਦੇ ਕਾਬਿਲ ਸੀ। ਇਸ ਬਸ ਤੇ ਕਾਲਜ ਜਾਣ ਵਾਲੀ ਇੱਕ ਬਹੁਤ ਹੀ ਸੋਹਣੀ ਕਾਲਜੇਟ ਕੁੜੀ ਮੋਹੀ ਗਈ। ਗਰਗਨੇ ਉਸ ਨਾਲ ਅਫਲਾਤੂਨੀ ਪਿਆਰ ਲਗਭਗ 1 ਸਾਲ ਚੱਲਿਆ ਇਸ ਸਮੇਂ ਗਰਗਨੇ ਉਸ ਕੁੜੀ ਨੂੰ ਅਨੇਕਾਂ ਹੀ ਲੰਬੇ ਲੰਬੇ ਪ੍ਰੇਮ ਪੱਤਰ ਲਿਖੇ ਦੇ ਕਈ ਪੱਤਰ ਤਾਂ 100 100 ਸਫੇ ਦੇ ਵੀ ਹੋ ਜਾਂਦੇ ਇਹਨਾਂ ਪ੍ਰੇਮ ਪੱਤਰਾਂ ਨੇ ਅੱਗੇ ਚੱਲ ਕੇ ਉਹਨੂੰ ਲਿਖਣ ਦੇ ਰਸਤੇ ਤੋੜ ਦਿੱਤਾ ਪਰ ਪਿਆਰ 'ਚ ਪਾਗਲ ਹੋਣ ਦੀ ਬਜਾਏ ਗਰਗਨੇ ਹੋਸ਼-ਹਵਾਸ ਕਾਇਮ ਰੱਖਦੇ ਹੋਏ ਆਪਣੀ ਪੜ੍ਹਾਈ ਜਾਰੀ ਰੱਖੀ ਪਰ ਪាក់ ਕਰ ਕਰਕੇ ਵਾਇਆ ਬਠਿੰਡਾ ਬੀਏ ਕਰਕੇ ਮੋਗੇ ਦੇ ਡੀਐਮ ਕਾਲਜ ਤੋਂ ਬੀਐਡ ਦੀ ਡਿਗਰੀ ਹਾਸਲ ਕਰਕੇ ਆਪਣਾ ਮਾਸਟਰੀ ਦਾ ਸਫਰ ਫਰੋਜ਼ਪੁਰ ਛੋਣੀ ਦੇ ਇੱਕ ਪ੍ਰਾਈਵੇਟ ਸਕੂਲ ਤੋਂ ਆਰੰਭ ਕਰ ਲਿਆ ਤੇ ਕੁਝ ਚਰਵਾਦੀ ਮੋਗੇ ਦੇ ਆਰਿਆ ਸਕੂਲ ਚ ਪੱਕੀ ਨੌਕਰੀ ਮਿਲਣ ਤੇ ਮੋਗੇ ਪੱਕੇ ਤੌਰ ਤੇ ਡੇਰੇ ਗੱਡ ਲੈ ਇਸੇ ਆਰਿਆ ਸਕੂਲ ਚੋ ਲੈਕਚਰਰ ਬਣਿਆ ਤੇ ਅਖੀਰ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ ਮੋਗੇ ਸਕੂਲ ਮਾਸਟਰ ਲੱਗਣ ਸਾਰੀ ਉਹਨੂੰ ਮੋਗੇ ਦੇ ਯਾਰੀਆ ਸਕੂਲ ਲੜਕੀਆਂ ਵਿੱਚ ਕੰਮ ਕਰਦੀ ਮਾਸਟਰਣੀ ਜਨਕ ਰਾਣੀ ਜੀਵਨ ਸਾਥਨ ਟੱਕਰ ਗਈ ਤੇ ਉਹਦੇ ਗ੍ਰਸਥੀ ਜੀਵਨ ਦੀ ਗੱਡੀ ਜੀਵਨ ਪੰਧ ਤੇ ਸੰਤਲ ਦੌੜਨ ਲੱਗੀ ਪ੍ਰਾਈਵੇਟ ਅਦਾਰਿਆਂ 'ਚ ਮੁਲਾਜ਼ਮਾ ਨੂੰ ਮੈਨੇਜਮੈਂਟ ਦੀ ਰੰਨ ਬਣ ਕੇ ਰਹਿਣਾ ਪੈਂਦਾ ਪਰ ਗਰਗਨੇ ਕਦੇ ਵੀ ਆਪਣੇ ਮਾਨ ਸਨਮਾਨ ਨੂੰ ਠੇਸ ਨਹੀਂ ਸੀ ਲੱਗਣ ਦਿੱਤੀ ਉਹਨੇ ਕਦੇ ਵੀ ਮੈਨੇਜਮੈਂਟ ਦੀ ਏ ਨਹੀਂ ਸੀ ਮੰਨੀ ਤੇ ਉਹਨਾਂ ਦੀ ਆ ਤਿੰਨ ਹੋਂਕਾਰਨ ਉਹਨੂੰ ਲੰਮਾ ਸਮਾਂ ਨੂੰ ਬਣਦੀਆਂ ਪ੍ਰਮੋਸ਼ਨਾਂ ਤੋਂ ਵੱਧ ਜਾ ਹੀ ਰਹਿਣਾ ਪਿਆ ਪ੍ਰਾਈਵੇਟ ਸਕੂਲ ਅਧਿਆਪਕਾਂ ਦੀ ਮੰਗਾਂ ਦੇ ਸੰਘਰਸ਼ ਵਿੱਚ ਉਹਨੇ ਅਹਿਮ ਰੋਲ ਅਦਾ ਕੀਤਾ ਅਨੇਕਾਂ ਵਾਰ ਜੇਲ੍ਹ ਯਾਤਰਾ ਵੀ ਉਹਨੂੰ ਕਰਨੀ ਪਈ ਸੀ ਪਰ ਅਖੀਰ ਉਹਦੀ ਜਥੇਬੰਦੀ ਦੀ ਜਿੱਤ ਹੋਈ ਸੀ ਤੇ ਉਹਦਾ ਵਿਅੰਗਾਤਮਕ ਨਵਲ ਹਮਸ ਉਹਦੇ ਜਥੇਬੰਦੀ ਵਿੱਚ ਕੰਮ ਕਰਨ ਦੇ ਤਜਰਬੇ ਦੀ ਉਪਜ ਹੈ ਸਕੂਲ ਮਾਸਟਰ ਹੁੰਦਾ ਹੋਇਆ ਗਰਗ ਮਾਨਸਿਕ ਤੌਰ ਤੇ ਮਾਸਟਰਾਂ ਵਰਗਾ ਨਹੀਂ ਸੀ ਬਣਿਆ ਟਿਊਸ਼ਨਾਂ ਕਰਨ ਨਾਲੋਂ ਉਹਦਾ ਜ਼ਿਆਦਾ ਜ਼ੋਰ ਲਿਖਣ ਪੜਨ ਤੇ ਹੀ ਲੱਗਦਾ ਸੀ ਉਹ ਆਪਣੇ ਸਮੇਂ ਦਾ ਵਿਦਿਆਰਥੀਆਂ ਦਾ ਬਹੁਤ ਹੀ ਹਰਮਨ ਪਿਆਰਾ ਤੇ ਚਹੇਤਾ ਅਧਿਆਪਕ ਰਿਹਾ ਤੇ ਵਿਦਿਆਰਥੀਆਂ ਵਿਦਿਆਰਥੀ ਉਹਦੀ ਦਿਲੋਂ ਇੱਜ਼ਤ ਕਰਦੇ ਸਨ ਨਲਾਇਕ ਵਿਦਿਆਰਥੀਆਂ ਨੂੰ ਆਮ ਅਧਿਆਪਕਾਂ ਦੀ ਤਰ੍ਹਾਂ ਕੁੱਟ ਕੇ ਸ਼ਰਮਸਾਰ ਕਰਨ ਦੀ ਬਜਾਏ ਗੱਲਾਂ-ਗੱਲਾਂ ਵਿੱਚ ਹੀ ਪਾਣੀਓ ਪਾਣੀ ਕਰ ਦਿੰਦਾ ਸੀ ਤੇ ਵਿਦਿਆਰਥੀ ਉਹਦੀ ਕੁੱਟ ਤੋਂ ਨਹੀਂ ਉਹਦੇ ਮਜ਼ਾਕ ਤੋਂ ਡਰਦੇ ਸਨ ਉਨੇ ਆਰੀਆ ਸਕੂਲ ਚ ਆਪਣੇ ਤਿੰਨ ਦਹਾਕੇ ਦੀ ਸਰਵਿਸ ਦੌਰਾਨ ਮੋਗੇ ਦੀਆਂ ਦੋ ਪੀੜੀਆਂ ਨੂੰ ਪੜਾਇਆ ਮੋਗੇ ਦੇ ਬਾਜ਼ਾਰਾਂ ਚੋਂ ਦਾ ਕੋਈ ਸ਼ਾਗਿਰਦ ਗੋਲਗੱਪਿਆਂ ਦੀ ਰੇੜੀ ਲਾਈ ਖੜਾ ਹੈ ਕੋਈ ਸਬਜ਼ੀ ਵੇਚ ਰਿਹਾ ਹੈ ਕਿਸੇ ਦੀ ਚਾਹ ਦੀ ਦੁਕਾਨ ਹੈ ਕਿਸੇ ਦੀ ਸਾਈਕਲਾਂ ਦੀ ਦੁਕਾਨ ਹੈ ਕੋਈ ਪੈਂਚਰ ਲਾ ਰਿਹਾ ਹੈ ਕੋਈ ਬਜਾਦੀ ਦੀ ਦੁਕਾਨ ਤੇ ਬੈਠਾ ਹੈ ਕੋਈ ਕਰਿਆਨੇ ਦੀ ਦੁਕਾਨ ਤੇ ਕੋਈ ਮੁਨਿਆਰੀ ਦੀ ਦੁਕਾਨ ਤੇ ਕੋਈ ਸੁਨਿਆਰੇ ਦੀ ਦੁਕਾਨ ਤੇ ਗੱਲ ਕੀ ਹਰ ਦੁਕਾਨ ਤੇ ਬੈਠਣ ਵਾਲਾ ਉਸ ਸਕੂਲ ਪੜਿਆ ਤੇ ਜੇ ਉਹ ਨਹੀਂ ਪੜਿਆ ਤਾਂ ਜ਼ਰੂਰੀ ਉਹਦਾ ਮੁੰਡਾ ਜਾਂ ਉਹਦਾ ਪਿਓ ਘਰ ਕੋਲ ਪੜਦਾ ਰਿਹਾ ਹੋਵੇਗਾ ਗਰਗ ਜਦੋਂ ਮੋਗੇ ਦੇ ਬਾਜ਼ਾਰਾਂ 'ਚੋਂ ਲੰਘਦਾ ਹੈ ਤੇ ਉਹਨੂੰ ਇਸ ਤਰ੍ਹਾਂ ਸਲੂਟ ਵੱਜਦੇ ਆ ਜਿਵੇਂ ਉਹ ਮੋਗੇ ਸ਼ਹਿਰ ਦਾ कोतवाल ਹੋਵੇ। ਗਰਗ ਨੂੰ ਵੀ ਆਪਣੇ ਚੇਲਿਆਂ ਬਾਲਕਾਂ ਤੇ ਮਾਣ ਹੈ। ਭਾਵੇਂ ਉਹ ਬੂਟ ਪਾਲਿਸ਼ ਕਰ ਰਿਹਾ ਹੈ ਭਾਵੇਂ ਉਹ ਗੰਨਿਆਂ ਦੇ ਜੂਸ ਦੀ ਰੇੜੀ ਲਾਈ ਖੜਾ ਹੈ। ਆਪਣੇ ਸੁਭਾਅ ਅਨੁਸਾਰ ਗਰਗ ਹੱਸ ਕੇ ਆਖਦਾ ਹੈ ਕਿ ਮੈਂ ਤਾਂ ਇਹਨਾਂ ਨੂੰ ਪਹਿਲਾਂ ਹੀ ਕਹਿੰਦਾ ਸੀ ਵੀ ਕਾਕਾ ਸਰਕਾਰੀ ਨੌਕਰੀ ਨੁਕਰੀ ਦੀ ਝਾਕ ਨਾ ਰੱਖਿਓ। ਬੇਝਿਜਕ ਹੋ ਕੇ ਆਪਣਾ ਕੰਮ ਸ਼ੁਰੂ ਕਰਿਓ। ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਤੇ ਕਿਸੇ ਵੀ ਕੰਮ ਦਾ ਕੋਈ ਮਹਿਣਾ ਨਹੀਂ ਹੁੰਦਾ ਤੇ ਮਿਹਨਤ ਹੀ ਸਫਲਤਾ ਦੀ ਕੁੰਜੀ ਹੁੰਦੀ ਹੈ। ਬੌਤੇ ਲੇਖਕਾਂ ਵਾਂ ਗਰਗ ਵਿੱਚ ਵੀ ਲਿਖਣ ਦੀ ਪ੍ਰਤਿਭਾ ਬਚਪਨ ਵਿੱਚ ਹੀ ਉਜਾਗਰ ਹੋ ਗਈ ਸੀ। 7ਵੀਂ ਚ ਪੜਦੇ ਗਰਗ ਨੇ ਸਵਿੱਤਰੀ ਤੇ ਸਤਿਆਵੰਦੀ ਸੁਣੀ ਕਹਾਣੀ ਦੇ ਡਾਇਲੌਗ ਲਿਖ ਕੇ ਆਪਣੇ ਕਲਾਸ ਫੈਲੋ ਬਾਉ ਨਾਲ ਰਲ ਕੇ ਡਰਾਮਾ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਪਰ ਕਿਛੀ ਤੇ ਬਾਬੂ ਦਾ ਇਹ ਉਪਰਾਲਾ ਸਫਲ ਨਹੀਂ ਸੀ ਹੋ ਸਕਿਆ। ਇਸ ਤੋਂ ਬਾਅਦ ਘਰ ਦੀ ਗਰੀਬੀ ਤੇ ਪੜ੍ਹਾਈ ਦੇ ਚੱਕਰ 'ਚ ਗਰਗ ਦਾ ਲਿਖਣ ਦਾ ਸ਼ੌਕ ਕਿਦਰੇ ਦੱਬਿਆ ਗਿਆ। ਉਹਦੇ ਨੌਕਰੀ ਤੇ ਲੱਗਣ ਉਪਰੰਤ ਵੀ ਪਰਿਵਾਰ ਦੀ ਦੇਖਭਾਲ ਦਾ ਜਿੰਮਾ ਉਹਦੇ ਸਿਰ 'ਤੇ ਪੈ ਗਿਆ ਸੀ। ਜੋਨੇ ਆਪ ਹੀ ਇਹ ਜ਼ਿੰਮੇਵਾਰੀ ਓਟ ਲਈ ਸੀ ਛੋਟੇ ਭੈਣ ਭਰਾਵਾਂ ਨੂੰ ਪੜਾ ਕੇ ਉਹਨੇ ਹੀ ਬਰਸਰੇ ਰੋਜ਼ਗਾਰ ਵੀ ਕੀਤਾ ਤੇ ਉਹਨਾਂ ਦੇ ਵਿਆਹ ਵੀ ਕੀਤੇ ਪਰਿਵਾਰਕ ਝੰਝਟਾਂ ਤੋਂ ਥੋੜੀ ਜਿਹੀ ਵੇਲ ਮਿਲਣ ਤੇ ਗਰਗ ਦੇ ਅੰਦਰਲੇ ਲੇਖਕ ਨੇ ਆਪਣਾ ਫਨ ਚੁੱਕ ਲਿਆ ਸੀ ਤੇ ਧੜਾ ਧੜ ਕਹਾਣੀਆਂ ਲਿਖਣ ਲੱਗੇ ਉਹਦੀਆਂ ਕਹਾਣੀਆਂ ਉਸ ਸਮੇਂ ਦੇ ਸਭ ਪ੍ਰਸਿੱਧ ਰਸਾਲਿਆਂ ਨਾਗਮਣੀ ਤੇ ਦ੍ਰਿਸ਼ਟੀ ਅੱਜ ਛਪਣ ਲੱਗੀਆਂ ਅਮਰਤਾ ਉਹਦੀਆਂ ਕਹਾਣੀਆਂ ਦੀ ਵੱਡੀ ਪ੍ਰਸ਼ੰਸਕ ਸੀ ਤੇ ਨਾਗਮਣੀ 'ਚ ਉਹਦੀ ਕਹਾਣੀ ਨੂੰ ਯੋਗ ਸਥਾਨ ਦਿੰਦੀ ਸੀ ਉਹਦੀ ਕਹਾਣੀ ਸ਼ਹੀਦ ਨੂੰ ਨਾਗਮਣੀ ਪੁਰਸਕਾਰ ਵੀ ਦਿੱਤਾ ਗਿਆ ਸੀ ਮੋਹਪੰਗ ਐਂਟੀਨੇਜ ਫਸੀ ਪਤੰਗ ਤੇ ਸ਼ਹੀਦ ਗਰਗ ਦੀਆਂ ਉਸ ਸਮੇਂ ਦੀਆਂ ਚਰਚਿਤ ਕਹਾਣੀਆਂ ਹਨ ਅਮ੍ਰਿਤਾ ਗਰਗ ਨੂੰ ਗੰਭੀਰ ਲੇਖਕ ਮੰਦੀ ਸੀ ਤੇ ਉਹਦਾ ਸਤਿਕਾਰ ਕਰਦੀ ਸੀ ਅਮ੍ਰਿਤਾ ਵੱਲੋਂ ਲਿਖੀ ਹਿੰਦੀ ਦੀ ਪੁਸਤਕ ਸੱਤ ਸਵਾਲ ਚ ਚਰਚਿਤ ਲੇਖਕਾਂ ਨੂੰ ਸੱਤ ਸਵਾਲ ਕੀਤੇ ਗਏ ਤੇ ਕੇ ਐਲ ਗਰਗ ਨੂੰ ਵੀ ਉਹਨਾਂ ਲੇਖਕਾਂ 'ਚ ਸ਼ਾਮਲ ਹੋਣ ਦਾ ਮਾਣ ਹਾਸਲ ਹੋਇਆ ਜਦੋਂ ਅਮ੍ਰਿਤਾ ਤੇ ਕ੍ਰਿਸ਼ਨਾ ਸੋਪਤੀ ਦਾ ਮਕਦਮਾ ਚੱਲ ਰਿਹਾ ਸੀ ਤਾਂ ਗਰਗੀ ਨੂਰ ਤੇ ਐਸ ਬਲਵੰਤ ਨੂੰ ਉਸ ਕੋਲ ਲੈ ਕੇ ਗਿਆ ਸੀ ਤਾਂ ਕਿ ਉਹ ਦੋਵੇਂ ਆਪਣੇ ਬੇਕਸੂਰ ਹੋਣ ਦਾ ਸਪਸ਼ਟਿਕਰਨ ਖੁਦ ਅਮ੍ਰਿਤਾ ਨੂੰ ਦੇ ਸਕਣ ਕਿਉਂਕਿ ਸੋਪਤੀ ਨੇ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਹੀ ਉਹਨਾਂ ਨੂੰ ਅਮ੍ਰਿਤਾ ਖਿਲਾਫ ਕੀਤਾ ਕੇਸ 'ਚ ਆਪਣਾ ਗਵਾਹ ਬਣਾ ਲਿਆ ਸੀ ਤੇ ਇਸੇ ਗੱਲ ਤੋਂ ਅਮ੍ਰਿਤਾ ਨੂਰ ਤੇ ਬਲਵੰਤ ਨਾਲ ਗੁੱਸੇ ਹੋ ਗਈ ਸੀ ਡਾਕਟਰ ਹਰਭਜਨ ਸਿੰਘ ਵੱਲੋਂ ਵੀ ਉਹ ਮਾਨਤਾ ਪ੍ਰਾਪਤ ਨਾਵਲਕਾਰ ਸੀ ਤੇ ਉਹਨੇ ਗਰਗ ਦੇ ਨਾਵਲ ਹਮਸ ਬਾਰੇ ਲੇਖ ਸਾਹਿਦ ਸੋਚਦਾ ਹੈ ਲਿਖ ਕੇ ਨਗਮਣੀ ਚ ਪ੍ਰਕਾਸ਼ਿਤ ਕਰਵਾਇਆ ਸੀ ਉਸ ਸਮੇਂ ਗਰਗ ਦੇ 2 ਸਾਲੇ ਦਿੱਲੀ ਚ ਰਹਿੰਦੇ ਸੀ ਤੇ ਉਹਦਾ ਦਿਲ ਦਿੱਲੀ ਦਾ ਘੇੜਾ ਲੱਗਦਾ ਹੀ ਰਹਿੰਦਾ ਸੀ ਆਪਣੇ ਦਿੱਲੀ ਦੌਰੇ ਦੌਰਾਨ ਉਹ ਅਮਰਤਾ ਦੀਦੀ ਕੋਲ ਜ਼ਰੂਰ ਹੋ ਕੇ ਆਉਂਦਾ ਸੀ ਤੇ ਇਸ ਤਰ੍ਹਾਂ ਗਰਗ ਦਾ ਸਾਲ 2 ਸਾਲ ਬਾਅਦ ਸਹਿਤਿਕ ਹੱਜ ਹੋ ਜਾਂਦਾ ਸੀ ਗਰਗ ਨੂੰ ਲਿਖਣ ਲਈ ਕਿਸੇ ਵਿਸ਼ੇਸ਼ ਮਾਹੌਲ ਦੀ ਜ਼ਰੂਰਤ ਨਹੀਂ ਪੈਂਦੀ ਉਹਦੇ ਨੇ ਰਾਤ ਤੋਂ ਪੇਛਾਵੇਂ ਗਰਮੀ ਸਰਦੀ ਬਸੰਤ ਪਤ ਝੜ ਕਮਰੇ ਚ ਕੋਠੇ ਤੇ ਅੰਦਰ ਬਾਹਰ ਕਿਤੇ ਵੀ ਤੇ ਕਦੋਂ ਵੀ ਲਿਖ ਸਕਦਾ ਪਰ ਉਹ ਲਿਖਦਾ ਉਦੋਂ ਹੀ ਹੈ ਜਦੋਂ ਕੋਈ ਪੁੱਠਾ ਸਿੱਧਾ ਵਿਚਾਰ ਉਹਦੇ ਮਨ ਨੂੰ ਜੱਜ ਜਾਂਦਾ ਹੈ ਤੇ ਫਿਰ ਉਹ ਇਸ ਵਿਚਾਰ ਨੂੰ ਮਨ ਦੇ ਮਿਕਸਚਰ ਚ ਪਾ ਕੇ ਖੂਬ ਗਿੜੇ ਦਵਾ ਦਿੰਦਾ ਜਦੋਂ ਦੀ ਤਸੱਲੀ ਹੋ ਜਾਂਦੀ ਹੈ ਤੋ ਆਪਣੀ ਸੁੰਦਰ ਲਿਖਾਈ ਕਰਕੇ ਇਹਨੂੰ ਕਾਗਜ਼ਾਂ ਤੇ ਉਤਾਰ ਲੈਂਦਾ ਗਰਗ ਕਹਿੰਦਾ ਹੈ ਲਿਖਦੇ ਸਮੇਂ ਇੱਕ ਵਾਰ ਪਿੰਨੇ ਦਾ ਸਿਰਾ ਹੱਥ ਆ ਜਾਏ ਸੀ ਫਿਰ ਤੋ ਆਪ ਹੀ ਉੱਧੜਦਾ ਜਾਂਦਾ ਵਾਕ ਬਣਤਰ ਮੁਹਾਵਰੇ ਅਖੋਤਾਂ ਘਗਰੀਆਂ ਪਾਪਾ ਨੱਚਣ ਲੱਗਦੇ ਹੈ ਗਰਗ ਜੋ ਕੁਝ ਮਰਜ਼ੀ ਲਿਖੇ ਵਿਅੰਗ ਕਹਾਣੀ ਜਾਂ ਨਵਲ ਰੋਦੀ ਹਰ ਰਚਨਾ ਵਿੱਚੋਂ ਮਾਨਵਵਾਦੀ ਦ੍ਰਿਸ਼ਟੀਕੋਣ ਯੋਜਾਗਰ ਜਦੋਂ ਲਿਖ ਰਿਹਾ ਹੁੰਦਾ ਹੈ ਕਈ ਵਾਰ ਕੋਈ ਮਿਲਣ ਵਾਲਾ ਧਮਕਦਾ ਤਾਂ ਗਰਗ ਨੂੰ ਆਪਣਾ ਰਚਨਾ ਪਰਿਵਾਰ ਰੋਕਣਾ ਪੈਂਦਾ ਹੈ ਬਹੁਤੀ ਲੇਖਕਾਂ ਦੀਆਂ ਪਤਨੀਆਂ ਵਾਂਗ ਗਰਗ ਦੀ ਪਤਨੀ ਨੂੰ ਵੀ ਇਹ ਲਿਖਣ ਦਾ ਕੰਮ ਨਖੇਦੀ ਜਾਂਦਾ ਹੈ ਤੇ ਮਿਲਣ ਆਏ ਬੰਦੇ ਨੂੰ ਬਾਹਰੋਂ ਹੀ ਮੋੜਨ ਦੀ ਬਜਾਏ ਉਹ ਜਾਣ ਬੁੱਝ ਕੇ ਉਹਨੂੰ ਗਰਗ ਕੋਲ ਭੇਜ ਦਿੰਦੀ ਹੈ ਤੇ ਕਹਿੰਦੀ ਹੈ ਭਰਾਜੀ ਤੁਸੀਂ ਮਿਲ ਕੇ ਹੀ ਜਾਇਓ ਇਹਨਾਂ ਦਾ ਲਿਖਣਾ ਲੁਕਣਾ ਤਾਂ ਐ ਚੱਲਦਾ ਹੀ ਰਹਿੰਦਾ ਹੈ ਕਹਾਣੀਆਂ ਲਿਖ ਕੇ ਚਰਚਾ ਚਾਇਆ ਗਰਗ ਇੱਕ ਨਾਵਲ ਦਰਅਸਲ ਲਿਖ ਕੇ ਨਾਵਲੀ ਖੇਤਰ ਚ ਵੀ ਚਰਚਿਤ ਹੋ ਗਿਆ ਸੀ ਪੰਜਾਬੀ ਦੇ ਇੱਕ ਬਹੁਤ ਵੱਡੇ ਨਾਵਲਕਾਰ ਦੀ ਕਹਾਣੀ ਤੇ ਕਥਨੀ ਦੇ ਫਰਕ ਨੂੰ ਬਿਆਨਦਾ ਇਹ ਨਾਵਲ ਸਾਡੇ ਜਾਤੀਵਾਦ ਚ ਗਰਸੇ ਸਮਾਜ ਤੇ ਗਹਿਰੀ ਝੋਟ ਮਾਰ ਗਰਗ ਦੀਆਂ तकरीबन ਸਾਰੀਆਂ ਕਹਾਣੀਆਂ ਚ ਵਿਅੰਗ ਦੀ ਪੁੱਠ ਹੁੰਦੀ ਹੈ ਇਸੇ ਤਰ੍ਹਾਂ ਉਹਦੇ ਨਾਵਲਾਂ ਦੀ ਸੁਰ ਵੀ ਵਿਅੰਗਾਤਮਕੀ ਬਚਪਨ ਦੀ ਗਰੀਬੀ ਨੇ ਉਹਨੂੰ ਸਮਾਜਿਕ ਵਰਤਾਰਿਆਂ ਨੂੰ ਨਰੀਖਣ ਦੀ ਅਨੋਖੀ ਸੂਝ ਬਖਸ਼ ਦਿੱਤੀ ਸੀ ਤੇ ਗਰਗ ਦੇ ਸੁਭਾਅ 'ਚ ਹਰ ਵਰਤਾਰੇ ਪ੍ਰਤੀ ਲੱਜਾ ਵਿਅੰਗਾਤਮਕ ਹੋ ਗਿਆ ਸੀ। ਗਰੀਬੀ ਤੇ ਕਰੂਰ ਪ੍ਰਸਥਿਤੀਆਂ ਕਾਰਨ ਗਰਗ ਦਾ ਮਨ ਸ਼ੁਰੂ ਤੋਂ ਹੀ ਕੁਝ ਕਠੋਰ ਹੋ ਗਿਆ ਸੀ। ਆਪਣੇ ਦਾਦੇ ਨੂੰ ਉਹ ਬੇहद ਪਿਆਰ ਕਰਦਾ ਸੀ ਪਰ ਜਦੋਂ ਉਹਦੀ ਮੌਤ ਹੋਈ ਤਾਂ ਗਰਗ ਦੇ ਅੱਖੋਂ ਇੱਕ ਵੀ ਹੰਝੂ ਨਹੀਂ ਸੀ ਡਿੱਗਿਆ ਤੇ ਉਲਟਾ ਜਦੋਂ ਆਪਣੇ ਦਾਦੇ ਗੰਝੇ ਸਿਰ 'ਚ ਦਹੀਂ ਪਾ ਕੇ ਮਲ ਰਿਹਾ ਸੀ ਤਾਂ ਹੱਥ ਦੇ ਸਿਰ ਤੋਂ ਤਿਲਕਣ ਤੇ ਉਹਦਾ ਹਾਸਾ ਨਿਕਲ ਗਿਆ ਸੀ। ਅਜਿਹੀ ਮਾਨਸਿਕਤਾ ਦੇ ਨੌਜਵਾਨ ਨੇ ਫਿਰ ਵੱਡੇ ਹੋ ਕੇ ਵਿਅੰਗ ਲੇਖਕਤਾ ਬਣਨਾ ਹੀ ਸੀ। ਕਈ ਲੇਖਾਂ ਦਾ ਮਤ ਹੈ ਕਿ ਜਗਰਗ ਵਿਅੰਗ ਵਾਲੇ ਪਾਸੇ ਨਾ ਮੋੜ ਕੱਟਦਾ ਤਾਂ ਹੋਰ ਵੀ ਬਿਹਤਰ ਨਾਵਲ ਕਹਾਣੀਆਂ ਪੰਜਾਬੀ ਸਹਿਤ ਦੀ ਝੋਲੀ 'ਚ ਪਾ ਸਕਦਾ। ਹਾਲਾਂਕਿ ਪੰਜਾਬੀ ਵਿਅੰਗ ਦੂਸਰੀਆਂ ਸਿਨਫਾਂ ਦੇ ਮੁਕਾਬਲੇ ਜੀ ਬਹੁਤ ਹੀ ਪਿੱਛੇ ਹੈ। ਉਹਨੂੰ ਕੋਈ ਸਨਮਾਨਯੋਗ ਸਥਾਨ ਵੀ ਹਾਸਲ ਨਹੀਂ ਹੈ। ਪਰ ਗਰਗ ਨੂੰ ਵਿਅੰਗ ਲਿਖ ਕੇ ਲੋਹੜੇ ਦੀ ਤਸੱਲੀ ਮਿਲਦੀ ਹੈ। ਉਹਨੇ ਵਿਅੰਗ ਨੂੰ ਹਾਸੇ ਠੱਠੇ 'ਚ ਕੱਢ ਕੇ ਇੱਕ ਗੈਰ ਗੰਭੀਰ ਵਿਦਾ ਦੇ ਤੌਰ ਤੇ ਸਥਾਪਿਤ ਕਰਨ ਦਾ ਯਤਨ ਕੀਤਾ। ਉਹਨੇ ਪੰਜਾਬੀ 'ਚ ਰਾਜਨੀਤਿਕ ਵਿਅੰਗ ਲਿਖਣ ਦੀ ਪਰੰਪਰਾ ਤੋਰੀ ਹੈ। ਤੇ ਰਾਜਸੀ ਨੀਤਾਵਾਂ ਦੇ ਮੁਖੌਟਿਆਂ ਨੂੰ ਲਾ ਕੇ ਜਨਤਾ ਨੂੰ ਉਹਨਾਂ ਦਾ ਅਸਲੀ ਚਿਹਰਾ ਵਿਖਾਇਆ ਵਿਅੰਗ ਨੂੰ ਹੋਰ ਪਰਫੁੱਲਤ ਕਰਨ ਲਈ ਉਹ ਸਿਰ ਤੋੜ ਯਤਨ ਕਰ ਰਿਹਾ ਹੈ ਤੇ ਇਸੇ ਕੜੀ ਤਹਿਤ ਉਹਨੇ ਪੰਜਾਬੀ ਹਾਸ ਵਿਅੰਗ ਅਕੈਡਮੀ ਦੀ ਸਥਾਪਨਾ ਕੀਤੀ ਹੈ ਪਰ ਗਰਗ ਨਿਰਾਸ਼ ਹੈ ਕਿ ਉਹਨੂੰ ਇਸ ਦਿਸ਼ਾ 'ਚ ਨਵੇਂ ਲੇਖਕਾਂ ਤੋਂ ਯੋਗ ਹੁੰਗਾਰਾ ਨਹੀਂ ਮਿਲ ਸਕਿਆ ਫਿਰ ਵੀ ਗਰਗ ਆਪਣੀ ਹਾਸ ਵਿਅੰਗ ਅਕੈਡਮੀ ਚ ਲਾਂਚ ਸਫਲ ਹੈ ਅਕੈਡਮੀ ਦਾ ਇਕੱਲਾ ਹੀ ਕਰਤਾ ਤਰ ਗਰਗ ਹਾਸ ਵਿਅੰਗ ਲਿਖਦਾ ਹੀ ਨਹੀਂ ਉਹ ਹਾਸ ਵਿਅੰਗ ਜਿਉਂਦਾ ਵੀ ਹੈ ਗਰਗ ਦੀ ਬੋਲਬਾਣੀ ਜੀ ਹਮੇਸ਼ਾ ਹਾਸ ਵਿਅੰਗ ਦੀ ਪੁੱਠ ਹੁੰਦੀ ਹੈ ਉਹ ਗੁੱਜੀਆਂ ਟਕੋਰਾ ਮਾਰਨ ਚ ਵੀ ਮਾਰ ਹੈ ਉਹ ਜਿੱਥੇ ਵੀ ਬੈਠ ਜਾਂਦਾ ਉੱਥੇ ਹੀ ਹਾਸੇ ਦੇ ਫੁਆਰੇ ਛੁੱਟਦੇ ਆ ਚੱਲ ਰਿਹਾ ਕਿਸੇ ਸਾਹਿਤਿਕ ਸਮਾਗਮ 'ਚ ਉਹ ਵੀ ਨਾਲੋਂ ਨਾਲ ਆਪਣੀਆਂ ਟਿੱਪਣੀਆਂ ਦੇ ਹੀ ਜਾਂਦਾ ਇੱਕ ਵਾਰ ਕਿਸੇ ਸਮਾਗਮ 'ਤੇ ਡਾਕਟਰ ਰਜਨੀਸ਼ ਬਹਾਦਰ ਟਿੱਪਣੀ ਕਰ ਰਿਹਾ ਸੀ ਕਿ ਬਲਦੇਵ ਸਿੰਘ ਆਪਣੇ ਨਾਵਲਾਂ ਪੰਜਵਾਂ ਸਾਹਿਬਜ਼ਾਦਾ ਤੇ ਸਤਲੁਜ ਵੰਦਾ ਰਿਹਾ ਜਿ ਫਿਕਸ਼ਨ ਨਹੀਂ ਸਿਰਜ ਸਕਿਆ ਉਹਨੇ ਇਤਿਹਾਸ ਵਿੱਚ ਵੀ ਖੋਟ ਪਾਈ ਹੈ ਗਰਗ ਨੇ ਟਿੱਪਣੀ ਕੀਤੀ ਉਨੇ ਤਾਂ ਇਹੀ ਕਰਨਾ ਸੀ ਉਹ ਨਾਵਲ ਨਾ ਲਿਖਦਾ ਹੁੰਦਾ ਤਾਂ ਹੋਰ ਕਾਸੇ ਚ ਕੋਟ ਪਾਉਂਦਾ ਇੱਕ ਸਮਾਗਮ ਦੀ ਸਮਾਪਤੀ ਤੋਂ ਬਾਅਦ ਲੱਗੀ ਮਹਿਫਿਲ 'ਚ ਇੱਕ ਲੇਖਕ ਦੱਸ ਰਿਹਾ ਸੀ ਮੈਂ ਤਾਂ ਯਾਰ ਸਾਰੀ ਸਾਰੀ ਰਾਤ ਜਾ ਕੇ ਲਿਖਦਾ ਤੇ ਦਿਨੇ ਸੌਂਨਾ ਉਹਦੀ ਗੱਲ ਸੁਣ ਕੇ ਗਰਗਨੇ ਕਹੇ ਕਈ ਲੇਖਕ ਵੀ ਉੱਲੂਆਂ ਵਰਗੇ ਹੁੰਦੇ ਆ ਪਰ ਕਈ ਗਰਗਨੂ ਵੀ ਸ਼ੇਰ ਦਾ ਸਵਾ ਸ਼ੇਰ ਬਣ ਕੇ ਟੱਕਰ ਜਾਂਦੇ ਆ ਮਲਵੀ ਜੀ ਜੀਵ ਨਾਲ ਪਹਿਲਾਂ ਹੀ ਕਹਿ ਦਿੰਦੇ ਹੋਰ ਫਿਰ ਗਰਕ ਸਾਹਿਬ ਕੀ ਹਾਲ ਨੇ ਗਰਗ ਆਪਣੀ ਵਿਅੰਗਾਤਮਕ ਸ਼ੈਲੀ ਵਾਲੀ ਗੱਲਬਾਤ ਰਹੀਂ ਵੱਡੀ ਗੱਲ ਵੀ ਬਹੁਤ ਥੋੜੇ ਸ਼ਬਦਾਂ ਨਾਲ ਹੀ ਕਹਿ ਜਾਂਦੀ। ਸਾਹਿਤ ਸਭਾ ਬਰਨਾਲਾ ਵੱਲੋਂ ਬਲਦੇਵ ਸਿੰਘ ਦੀਆਂ ਕਹਾਣੀਆਂ ਦੀ ਪੁਸਤਕ ਦੇ ਵਿਚਾਰ ਚਰਚਾ ਦੌਰਾਨ ਤੇਜਵੰਤ ਮਾਨ ਨੇ ਆਪਣੇ ਨਾਟਕੀ ਭਾਸ਼ਣ ਸਮੇਂ ਬਲਦੇਵ ਦੇ ਭਿਉਂ ਭਿਉਂ ਮਾਰਨ ਵਾਲੀ ਗੱਲ ਕੀਤੀ। ਜਦੋਂ ਮਾਨ ਤੋਂ ਬਾਅਦ ਗੇਅਲ ਗਰਗ ਨੂੰ ਮੰਚ ਤੇ ਬੁਲਾਇਆ ਗਿਆ ਤਾਂ ਉਹ ਉਹਨੇ ਮਾਨ ਦੀ ਡਾਂਗ ਮਾਰੂ ਆਲੋਚਨਾ ਦਾ ਜਵਾਬ ਬੜਾ ਵਧੀਆ ਟੋਟਕਾ ਸੁਣਾ ਕੇ ਦਿੱਤਾ। ਇੱਕ ਵਾਰ ਇੱਕ ਬਾਣੀਆਂ ਦਾ ਮੁੰਡਾ ਕਹਾਣੀਆਂ ਲਿਖਣ ਲੱਗ ਪਿਆ। ਉਹਨੇ ਆਪਣੀ ਪਹਿਲੀ ਕਹਾਣੀ ਬਰਨਾਲੇ ਸਹਿਤ ਸਭਾ ਚ ਪੜੀ ਖੂਬ ਤਾਰੀਫ ਹੋਈ ਫਿਰ ਉਹਨੇ ਕਹਾਣੀ ਸਹਿਤ ਸਭਾ ਬਠਿੰਡੇ ਵਾਲਿਆਂ ਨੂੰ ਸੁਣਾਈ ਉੱਥੇ ਵੀ ਚੰਗਾ ਹੁੰਗਾਰਾ ਮਿਲਿਆ ਫਿਰ ਉਹਨੇ ਆਪਣੀ ਕਹਾਣੀ ਸਹਿਤ ਸਭਾ ਜੈਤੋਂ ਦੀ ਮੀਟਿੰਗ ਚ ਪੜੀ ਤੇ ਉਹਨਾਂ ਵੀ ਖੂਬ ਵਾਵਾ ਕੀਤੀ ਫਿਰ ਉਹ ਆਪਣੀ ਕਹਾਣੀ ਸਹਿਤ ਸਭਾ ਸੰਗਰੂਰ ਵਿਖੇ ਤੇਜਵੰਤ ਮਾਨ ਦੀ ਹਾਜ਼ਰੀ ਚ ਪੜ ਬੈਠਾ ਉਸ ਤੋਂ ਬਾਅਦ ਤਾਂ ਉਹ ਫਿਰ ਆਪਣੀ ਹੱਟੀ ਤੇ ਜਾ ਬੈਠਾ ਤੇ ਆਪਣੀ ਕਹਾਣੀ ਲਿਖਣ ਤੋਂ ਹੀ ਤੋਬਾ ਕਰ ਗਿਆ ਜਿਵੇਂ ਪੰਜਾਬੀ ਫਿਲਮਾਂ ਦੇ ਦਰਸ਼ਕ ਮੇਰ ਮਿੱਤਲ ਨੂੰ ਪਰਦੇ ਤੇ ਵੇਖ ਕੇ ਸਾਰੇ ਹੱਸ ਪੈਂਦੇ ਐ ਉਸੀ ਤਰ੍ਹਾਂ ਕਈ ਵਾਰੀ ਗਰਗ ਦੇ ਬੋਲਣ ਤੋਂ ਪਹਿਲਾਂ ਹੀ ਦਰਸ਼ਕਾਂ ਦੇ ਚਿਹਰੇ ਖਿੜ ਜਾਂਦੇ ਐ ਬਰਨਾਲੇ ਵਿਖੇ ਹੋਈ ਇੱਕ ਕਹਾਣੀ ਦਰਬਾਰ ਚੱਲ ਰਿਹਾ ਸੀ ਤੇ ਉਹਦੀ ਪ੍ਰਧਾਨਗੀ ਤਿੰਨੇ ਜਣੇ ਰਾਮ ਸਰੂਪ ਅਣਖੀ ਓਮ ਪ੍ਰਕਾਸ਼ ਗਾਸੋ ਤੇ ਪ੍ਰੀਤਮ ਸਿੰਘ ਰਾਹੀ ਕਰ ਰਹੇ ਸਨ ਕਹਾਣੀ ਪੜਨ ਲਈ ਗਰਗ ਨੂੰ ਬੁਲਾਇਆ ਗਿਆ ਤਾਂ ਮਾਈਕ ਮੂਰੇ ਆ ਕੇ ਉਹਨੇ ਪ੍ਰਧਾਨਗੀ ਮੰਡਲ 'ਚ ਬੈਠੇ ਤਿੰਨਾ ਸੱਜਣਾਵਲ ਵੇਖ ਕੇ ਕਿਹਾ ਮੇਰੀ ਕਹਾਣੀ ਦਾ ਨਾਂ ਹੈ ਚੌਥਾ ਬੰਦਰ ਉਸੇ ਸਮੇਂ ਪੰਡਾਲ 'ਚ ਹਸੜ ਮਚ ਗਿਆ ਗਰਗਤਾ ਜੇ ਮੂੰਹ ਗਾਲ੍ਹੀ ਕੱਢੇ ਤਾਂ ਗਾਲ੍ਹੀ ਉਹਦੇ ਮੂੰਹ 'ਚ ਚੱਜਦੀ ਐ ਜਿੰਦਰ ਜਦੋਂ ਵੀ ਉਹਨੂੰ ਟੈਲੀਫੋਨ ਕਰਦਾ ਪਹਿਲਾਂ ਇਹੀ ਕਹਿੰਦਾ ਮਾਸਟਰ ਜੀ ਗਾਲ ਕੱਢੋ ਤੇ ਫਿਰ ਗਰਗ ਉਹਨੂੰ ਸ਼ਲੋਕ ਸੁਣਾ ਦਿੰਦਾ ਗੱਪੀ ਦਾ ਲੇਬਲ ਲੱਗੇ ਵਾਲਾ ਬੰਦਾ ਭਾਵੇਂ ਸੱਚ ਹੀ ਬੋਲਦਾ ਹੋਵੇ ਪਰ ਸੁਣਨ ਵਾਲਿਆਂ ਨੂੰ ਉਹਦੀ ਹਰ ਗੱਲ ਗੱਪੀ ਜਾਪ ਇਸੇ ਤਰ੍ਹਾਂ ਗਰਗ ਵਰਗਾ ਵਿਅੰਗਕਾਰ ਜੇ ਕਿਸੇ ਨਾਲ ਸਿੱਧੀ ਗੱਲ ਕਰਦਾ ਤਾਂ ਉਹਨੂੰ ਵੀ ਪੁੱਠੀ ਸਮਝਿਆ ਜਾਂਦਾ ਜਦੋਂ ਰਾਮ ਸਰੂਪ ਅਣਖੀ ਨੂੰ ਸਹਿਤ ਅਕੈਡਮੀ ਅਵਾਰਡ ਮਿਲਿਆ ਉਦੇ ਸਨਮਾਨ ਚ ਬਰਨਾਲੇ ਇੱਕ ਬਹੁਤ ਵੱਡਾ ਸਮਾਗਮ ਕੀਤਾ ਗਿਆ ਇਸ ਸਮਾਗਮ ਚ ਬੋਲਦਿਆਂ ਗਰਗ ਨੇ ਅਣਖੀ ਨੂੰ ਵਧਾਈ ਦਿੰਦੇ ਆ ਕਿ ਹੁਣ ਤਾਂ ਸਹਿਤ ਅਕੈਡਮੀ ਦਾ ਇਨਾਮ ਵੀ ਦਿੱਲੀ ਲੁਧਿਆਣਾ ਅਮਰitsar ਹੁੰਦਾ ਹੋਇਆ ਆਪਣੀਆਂ ਨਿੱਕੀਆਂ ਮੰਡੀਆਂ ਚ ਪਹੁੰਚ ਗਿਆ ਕਿਸੇ ਸ਼ਰਾਰਤੀ ਲੇਖਕ ਨੇ ਅਣਖੀ ਦੇ ਦਿਮਾਗ 'ਚ ਇਹ ਗੱਲ ਭਰਤੀ ਕਿ ਗਰਗ ਨੇ ਇਹ ਗੱਲ ਵਿਅੰਗ ਚ ਕਹੀ ਸੀ ਅਣਖੀ ਗਰਗ ਨਾਲ ਨਿਰਾਸ਼ ਹੋ ਗਿਆ ਤੇ ਫਿਰ ਗਰਗ ਨੇ ਬੜੀ ਮੁਸ਼ਕਲ ਨਾਲ ਅਣਖੀ ਨੂੰ ਮਨਾਇਆ ਕਿ ਆਪਾਂ ਯਾਰ ਆ ਤੇ ਮੈਂ ਤੈਨੂੰ ਇਨਾਮ ਮਿਲਣ ਤੇ ਦਿੱਲੀ ਖੁਸ਼ੀ ਪ੍ਰਗਟ ਕੀਤੀ ਸੀ ਤੇ ਛੋਟੀਆਂ ਮੰਡੀਆਂ 'ਚ ਵੱਡੇ ਨਾਮ ਦੇ ਆਉਣ ਵਾਲੀ ਗੱਲ ਮੈਂ ਵਿਅੰਗ 'ਚ ਨਹੀਂ ਕਹੀ ਸੀ। ਉਹਨੂੰ ਰਾਮਸ ਰੂਪਾਂਖੀ ਤੇ ਕੇਐਲ ਗਰਗ ਦੀ ਆਪੋ 'ਚ ਪੂਰੀ ਸੱਥਰੀ ਪੈਂਦੀ ਸੀ। ਤੇ ਇੱਕ ਦੂਜੇ ਨਾਲ ਹਾਸਾ ਠੱਠਾ ਕਰਦੇ ਰਹਿੰਦੇ ਸੀ। ਇੱਕ ਵਾਰ ਸਾਡੀ ਸਹਿਤ ਸਭਾ ਜੈਤੋ ਵਾਲਿਆਂ ਦੀ ਰਾਤ ਦੀ ਮੀਟਿੰਗ ਦਬੜੀ ਖਾਨੇ ਢਿੱਲੋਂ ਦੇ ਘਰ ਰੱਖੀ ਹੋਈ ਸੀ। ਉਹਨੇ ਮੀਟਿੰਗ ਕਰਦੀ بجائے ਖੇਤ ਮੋਟਰ ਤੇ ਰੱਖ ਲਈ। ਬਾਰਸ਼ਾਂ ਦਾ ਮੌਸਮ ਤੇ ਅੱਧੀ ਰਾਤ ਨੂੰ ਬਿਜਲੀ ਚਲੀ ਗਈ ਤੇ ਮੱਛਰ ਤੋੜ ਤੋੜ ਖਾਣ ਲੱਗੇ। ਰੂੜੀ ਮਾਰਕਾ दारू ਦਾ ਨਸ਼ਾ ਵੀ ਲੈ ਚੁੱਕਾ ਸੀ ਤੇ ਮਸਾ ਮਸਾ ਦਿਨ ਚੜਿਆ ਇਸ ਗੋਸ਼ਟੀ 'ਚ ਰਾਮ ਸਰੂਪ ਅਣਖੀ ਤੇ ਕੇਐਲ ਗਰਗ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਸੀ ਪਰ ਗਰਗ ਨੇ ਨਾ ਪਹੁੰਚ ਕੇ ਬਾਣੀਆਂ ਵਾਲੀ ਸਿਆਣਪ ਵਰਤ ਲਈ ਸੀ ਅਣਖੀ ਸਾਹਿਬ ਵੱਲੋਂ ਭੇਜੀ ਇਸ ਮੀਟਿੰਗ ਦੀ ਰਿਪੋਰਟ ਜਲੰਧਰ ਦੇ ਅਖਬਾਰ 'ਚ ਛਪੀ ਸੀ ਜਿਸ ਚਣਖੀ ਸਾਹਿਬ ਨੇ ਗਰਗ ਦੇ ਨਾ ਪਹੁੰਚਣ ਸੰਬੰਧੀ ਲਿਖਿਆ ਸੀ ਕਿ ਚੰਗਾ ਰਹਿ ਗਿਆ ਬਾਣੀਆਂ ਪੁੱਤ ਨਹੀਂ ਆਇਆ ਆ ਜਾਂਦਾ ਪਤਾ ਲੱਗਦਾ ਪੁੱਤ ਮੇਰੇ ਨੂੰ ਜਦੋਂ ਮੱਛਰ ਦੰਦੀਆਂ ਵੱਡ ਵੱਡ ਖਾਂਦੇ ਲੁਧਿਆਣੇ ਅਕੈਡਮੀ ਦੀਆਂ ਚੋਣਾ ਵਾਲੇ ਦਿਨ ਇੱਕ ਥੜੇ ਤੇ ਕੇ ਐਲ ਗਰਗ ਜਿੰਦਰ ਤੇ ਬਲਦੇਵ ਸਿੰਘ ਦੇ ਵਿਚਾਲੇ ਬੈਠਾ ਸੀ ਅਣਖੀ ਸਾਹ ਨੇ ਆ ਟਕੋਰ ਲਾਈ ਕਿ ਬਾਣੀਆਂ ਪੁੱਤਾਂ ਬਚ ਕੇ ਰਿਹਾ ਕਰ ਕਿੱਧਰ ਦੋ ਸੁਨਿਆਰਿਆਂ ਦੇ ਵਿੱਚ ਫਸਿਆ ਬੈਠਾ ਉਸੇ ਵਕਤ ਮੈਂ ਤੇ ਢਿੱਲੋਂ ਵੀ ਆ ਕੇ ਉਹਨਾਂ ਦੇ ਪਿੱਛੇ ਖੜ ਗਏ ਗਰਗ ਨੇ ਸਾਨੂੰ ਵੇਖ ਕੇ ਅਣਖੀ ਨੂੰ ਜਵਾਬ ਜਵਾਬ ਦਿੱਤਾ ਹੁਣ ਕੋਈ ਡਰ ਨਹੀਂ ਪਿੱਛੇ ਦੋ ਜੱਟ ਆ ਗਏ ਕੇ ਐਲ ਗਰਗ ਧੜਾ ਧੜ ਲਿਖਣ ਵਾਲਾ ਲੇਖਕ ਹੈ ਤੇ ਉਹਨੇ ਹੁਣ ਤੱਕ 8 ਕਹਾਣੀ ਸੰਗ੍ਰਹਿ 9 ਨੋਵਲ ਦੋ ਸਫਰ ਨਾਮੇ 17 ਪੁਸਤਕਾਂ ਵਿਆੰਗ ਲੇਖ ਸੰਪਾਦਨਾ ਦੀਆਂ 15 ਪੁਸਤਕਾਂ ਪੰਜਾਬੀ ਸਾਇਦ ਦੇ ਝੋਲੀ ਪਾਉਣ ਤੋਂ ਇਲਾਵਾ 14 ਪੁਸਤਕਾਂ ਅੰਗਰੇਜ਼ੀ ਤੋਂ ਪੰਜਾਬੀ ਚ ਅਨੁਵਾਦ ਕੀਤੀ ਇਸ ਤਰ੍ਹਾਂ ਉਹਦੀਆਂ ਕਿਤਾਬਾਂ ਦੀ ਕੁੱਲ ਗਿਣਤੀ 60 ਤੋਂ ਵੀ ਉੱਪਰ ਬਣ ਜਾਂਦੀ ਪੰਜਾਬੀ ਸਾਹਿਤ ਲਈ ਜਿੰਨਾ ਕੰਮ ਹੁਣ ਤੱਕ ਕੇ ਐਲ ਗਰਗ ਨੇ ਕੀਤਾ ਉਸ ਹਿਸਾਬ ਨਾਲ ਉਹਦਾ ਮੁੱਲ ਨਹੀਂ ਮੋੜਿਆ ਗਿਆ ਹੁਣ ਤੱਕ ਉਹਨੂੰ ਜੋ ਇਨਾਮ ਸਨਮਾਨ ਮਿਲੇ ਹੈ ਉਹਦੇ ਸਾਹਿਤਿਕ ਕਦਮ ਮੁਤਾਬਕ ਬਹੁਤ ਹੀ ਛੋਟੇ ਹੈ ਗਰ ਕਹਿੰਦਾ ਇਨਾਮਾਂ ਦੀ ਇਸ ਕੁੱਕੜ ਖੇਚ ਸਾਰੇ ਕਿਉਂ ਡਾਈ ਜਾਂਦੇ ਆ ਤੇ ਇਨਾਮ ਲੈਣ ਵਿੱਚ ਮਦਾਰੀ ਕਿਸਮ ਦੇ ਬੰਦੇ ਜ਼ਿਆਦਾ ਕਾਮਯਾਬ ਰਹਿੰਦੇ ਆ ਇੱਥੇ ਗੁੱਟਬੰਦੀਆਂ ਕੰਮ ਕਰਦੀਆਂ ਭਾਈ ਭਤੀਜਾਵਾਦ ਵੀ ਚੱਲਦਾ ਹੈ ਜਾਤ ਵੀ ਆਪਣੀ ਬੰਸਰੀ ਵਜਾਉਂਦੀ ਹੈ ਤੇ ਕਦੇ-ਕਦੇ ਇਸ ਕੜਮਸ 14 ਵਿੱਚ ਕੋਈ ਹੱਕਦਾਰ ਲੇਖਕ ਵੀ ਇਨਾਮ ਲੈ ਜਾਂਦਾ ਪਰ ਇਹ ਉਦੋਂ ਹੀ ਹੁੰਦਾ ਜਦੋਂ ਦੋ ਖਲ ਨਾਇਕ ਆਪਸ ਵਿੱਚ ਝਿੜ ਜਾਂ ਗਰਗ ਆਪਣੇ ਅੰਦਾਜ਼ ਵਿੱਚ ਕਹਿੰਦਾ ਕਿ ਖਾੜਾ ਲਾਉਣ ਵਾਲੇ ਸਿੰਗਰ ਆਪ ਹੀ ਸਰੋਤਿਆਂ ਨੂੰ ਕਹਿ ਦਿੰਦੇ ਆ ਵੀ ਗਾਣਾ ਖਤਮ ਹੋਣ ਤੇ ਗਾਇਕ ਦਾ ਹੌਸਲਾ ਵਧਾਉਣ ਲਈ ਯਾਰ ਤਾੜੀ ਤਾਂ ਮਾਰਦਿਆਂ ਕਰੋ ਤੇ ਫਿਰ ਆਪ ਹੀ ਕਹਿਣਗੇ ਯਾਰ ਅੱਜ ਤੱਕ ਕੀ ਮਰਵਾਈ ਤੇ ਉਹੀ ਹਾਲ ਇਨਾਮਾਂ ਸਨਮਾਨਾਂ ਦਾ ਜੇ ਆ ਕੇ ਹੀ ਜਾਂ ਭਜਨਾਟ ਕਰਕੇ ਹੀ ਕੋਈ ਇਨਾਮ ਹਾਸਲ ਕੀਤਾ ਤਾਂ ਕੀ ਕੀਤਾ ਇਨਾਮ ਤਾਂ ਲੇਖਕ ਨੂੰ ਲਾਟਰੀ ਦੇ ਨਾਮ ਵਾਂਗ ਹੀ ਨਿਕਲਣਾ ਚਾਹੀਦਾ ਫਿਰ ਵੀ ਉਹਨੂੰ ਹੁਣ ਤੱਕ ਨਾਗਮਣੀ ਪੁਰਸਕਾਰ ਉਹਦੇ ਕਹਾਣੀ ਉਹਦੀ ਕਹਾਣੀ ਸ਼ਹੀਦ ਲਈਲਬ ਸਿੰਘ ਚਾਤਰੀਕ ਪੁਰਸਕਾਰ ਕਹਾਣੀ ਸਿੰਘ ਰੈ ਲੁਕੇ ਹੋਏ ਬੰਦੇ ਲਈ ਮਿਲ ਚੁੱਕਿਆ ਇਹ ਤੋਂ ਇਲਾਵਾ ਉਹਨੂੰ ਪਿਆਰਾ ਸਿੰਘ ਦਾਤਾ ਮੈਮੋਰੀਅਲ ਅਵਾਰਡ ਗਿਆਨੀ ਸੁੰਦਰ ਸਿੰਘ ਅਵਾਰਡ ਸਾਇਤਿਕ ਸੱਤ ਲਾਂਬੜਾ ਪੁਰਸਕਾਰ ਤੇ ਟੁੱਡੀ ਕੇ ਟ੍ਰਸਟ ਵੱਲੋਂ ਇਹ ਅਵਾਰਡ ਮਿਲ ਚੁੱਕ ਗਰਗ ਨੂੰ ਭਾਵੇਂ ਆਪ ਨੂੰ ਸਾਇਤ ਅਕੈਡਮੀ ਦਾ ਇਨਾਮ ਨਹੀਂ ਮਿਲਿਆ ਪਰ ਇਸ ਇਨਾਮ ਲਈ ਯੋਗ ਉਮੀਦਵਾਰਾਂ ਦੀ ਸੂਚੀ ਉਹ ਅਕਾਦਮੀ ਨੂੰ ਭੇਜਦਾ ਰਿਹਾ ਹੈ ਕਈ ਸਾਲੋਂ ਗਿਆਨਪੀਠ ਨਾਮ ਲਈ ਵੀ ਨਾਮ ਭੇਜਦਾ ਰਿਹਾ ਉਸਨੇ ਦੋ ਵਾਰ ਇਸ ਇਨਾਮ ਲਈ ਕਰਤਾਰ ਸਿੰਘ ਦੁੱਗਲ ਦਾ ਨਾਮ ਭੇਜਿਆ ਸੀ ਪਰ ਦੁੱਗਲ ਨੂੰ ਗਿਆਨ ਪੀਟ ਪੁਰਸਕਾਰ ਨਹੀਂ ਸੀ ਮਿਲ ਸਕਿਆ ਗਰਗੈ ਪਾਣੀਆਂ ਪਰ ਰੰਗ ਔਰਾ ਹੋਣ ਕਰਕੇ ਵੇਖਣ ਨੂੰ ਬਾਹਮਣ ਲੱਗਦਾ ਹੁਣ ਜਿਹ ਹੈ ਉਹ ਜੱਟ ਬਾਣੀਆਂ ਆਮ ਬਾਣੀਆਂ ਦੇ ਉਲਟ ਉਹਦੀ ਬੋਲੀ ਠੇਠ ਜੱਟਾਂ ਵਾਲੀ ਹੈ ਉਹਦਾ ਲਹਿਜਾ ਵੀ ਜੱਟ ਕਾ ਹੀ ਹੈ ਦੋ ਪੈਗ ਲੱਗੇ ਹੋਣ ਤਾਂ ਗਰਗੋਰ ਵੀ ਹੋਰ ਵੀ ਠੇਠ ਪੰਜਾਬੀ ਬੋਲਣ ਲੱਗ ਪੈਂਦਾ ਤੇ ਪੰਜਾਬੀ ਚ ਜਿਹੀਆਂ ਚੌਂਦੀਆਂ ਚੌਂਦੀਆਂ ਗਾਲਾਂ ਕੱਢਦਾ ਜਿਹੜਾ ਆਮ ਜੱਟ ਤਾਂ ਕੀ ਬਲਦੇਵ ਸਿੰਘ ਦੇ ਕਹਿਣ ਮੁਤਾਬਕ ਟਰੱਕ ਡਰਾਈਵਰ ਵੀ ਜਿਹੀਆਂ ਗਾਲਾਂ ਨਹੀਂ ਕੱਢਦੇ ਪੰਜਾਬ 'ਚ ਇੱਕ ਦੌਰ ਰਜਿਆ ਵੀ ਸੀ ਜਦੋਂ ਹਿੰਦੂ ਆਪਣੇ ਘਰਾਂ 'ਚ ਬੋਲਦੇ ਤਾਂ ਪੰਜਾਬੀ ਸੀ ਪਰ ਲਿਖਵਾਉਂਦੇ ਹਿੰਦੀ ਸੀ ਪਰ ਗਰਗ ਵੱਖਰੇ ਪੰਜਾਬੀ ਮਾਣ ਦੇ ਜਾਇਏ ਨੇ ਆਪਣੀ ਮਾਂ ਬੋਲੀ 'ਚ ਲਿਖ ਕੇ ਦੂਸਰਿਆਂ ਦੇ ਮੂੰਹ ਤੇ ਕਰਾਰੀ ਚਪੇੜ ਮਾਰੀ ਐ ਪੰਜਾਬੀ ਹਿੱਤੈਸ਼ੀ ਜਥੇਬੰਦੀਆਂ ਨੂੰ ਤਾਂ ਜਈ ਹਿੰਦੂ ਲੇਖਕਾਂ ਨੂੰ ਸਿਰ ਤੇ ਚੁੱਕ ਲੈਣਾ ਚਾਹੀਦਾ ਸੀ ਗਰਗ ਬੇਹੱਦ ਸੰਵੇਦਨਸ਼ੀਲ ਸੋਹਰਦ ਤੇ ਨੇਕ ਇਨਸਾਨ ਐ ਉਹ ਹੱਦ ਦਰਜੇ ਦਾ ਮਿਲਨਸਾਰ ਆਦਮੀ ਐ ਉਹ ਯਾਰਾਂ ਦਾ ਯਾਰ ਐ ਮਾਨਵਵਾਦੀ ਲੇਖਕ ਐ ਅਮਲੀ ਜ਼ਿੰਦਗੀ 'ਚ ਵੀ ਮਾਨਵਵਾਦੀ ਕਦਰਾਂ-ਕੀਮਤਾਂ ਦਾ ਧਾਰਨੀ ਮਨੁੱਖ ਉਹ ਨਾ ਤਾਂ ਕਿਸੇ ਨਾਲ ਧੱਕਾ ਕਰ ਸਕਦਾ ਹੈ ਨਾ ਹੀ ਧੱਕਾ ਸਹਿ ਸਕਦਾ ਹੈ ਬਚਪਨ ਤੋਂ ਅਜਿਹੀ ਕੁਝ ਸ਼ਰਾਰਤੀ ਪ੍ਰਵਿਰਤੀ ਦਾ ਮਾਲਕ ਸੀ ਆਪਣੇ ਹਾਨੀਆਂ ਤੋਂ ਕੁੱਟ ਖਾਵੀ ਲੈਂਦਾ ਸੀ ਦਾ ਲੱਗਣ ਤੇ ਉਹਨਾਂ ਨੂੰ ਕੁੱਟ ਵੀ ਜਾਂਦਾ ਸੀ ਇੱਕ ਵਾਰ ਸਾਥੀਆਂ ਨਾਲ ਸਵੇਚ ਨਹਾਉਣ ਗਿਆ ਡੁੱਬੀ ਚਲਿਆ ਸੀ ਪਰ ਆਪ ਹੀ ਹੱਥ-ਪੈਰ ਮਾਰ ਕੇ ਡੁੱਬਣੋਂ ਬਚ ਨਿਕਲਿਆ ਗਰਗ ਦੇ ਪਾਤਰ ਵੀ ਗਰਗ ਵਰਗੇ ਹੀ ਹਨ ਉਹ ਸੰਘਰਸ਼ ਕਰਦੇ ਹਨ ਪਰ ਹਾਰਦੇ ਨਹੀਂ ਅੱਜ ਤੋਂ 40 ਸਾਲ ਪਹਿਲਾਂ ਵੀ ਮਧਰੇ ਕੱਦ ਦਾ ਗਰਗਜਿਆਈ ਸੀ ਨਾਉ ਦਾ ਭਾਰ ਵਧਿਆ ਨਾ ਘਟਿਆ ਨਾ ਉਹਦੇ ਸਰੀਰਕ ਢਾਂਚੇ 'ਚ ਕੋਈ ਫਰਕ ਪਿਆ ਉਹਦੀ ਦੇਹ ਦਾ ਆਇਤਨ ਉਹੀ ਹੈ ਉਹਦੇ ਚਿਹਰੇ ਤੇ ਤੇਜ਼ 'ਚ ਕੋਈ ਫਰਕ ਨਹੀਂ ਪਿਆ ਉਹਦਾ ਚਿਹਰਾ ਅਜੇ ਵੀ ਦਗ-ਦਗ ਕਰਦਾ ਹੈ ਮੱਥੇ ਤੇ ਨੂਰ ਹੈ ਖੰਝ ਚਮਕ ਹੈ ਬੋਲਾਂ 'ਚ ਗੜਕ ਹੈ ਉਮਰ ਦੇ ਵਾਦੇ ਨਾਲ ਚਿਹਰੇ ਤੇ ਸਿਰ ਦੇ ਵਾਲ ਜ਼ਰੂਰੀ ਕਾਲਿਆਂ ਤੋਂ ਬੱਗੇ ਹੋ ਗਏ ਗਿਣਤੀ 'ਚ ਵੀ ਘਟ ਗਏ ਗੱਲਾਂ ਦਾ ਮਾਸ ਵੀ ਕੁਝ ਢਿਲਕ ਗਿਆ ਤੇ ਪਹਿਲਾਂ ਤੋਂ ਹੀ ਲੱਗੇ ਅੰਕ ਦਾ ਵੀ ਨੰਬਰ ਕੁਝ ਵੱਧ ਗਿਆ ਹਰ ਵਕਤ ਹਸੂ-ਹਸੂ ਕਰਦੇ ਗਰਗ ਦੇ ਚਿਹਰੇ ਤੇ ਹੁਣ ਕਦੇ-ਕਦੇ ਉਦਾਸੀ ਦੀ ਲੀਕ ਜੀ ਉੱਪਰ ਦੀ ਦਿਖਾਈ ਦੇ ਜਾਂਦੀ ਹੈ ਗਰਗ ਦਾ ਬੇਟਾ ਤੇ ਇੱਕ ਬੇਟੀ ਅਮਰੀਕਾ ਚ ਸੈਟਲ ਹਨ ਉਹਦੀ ਇੱਕ ਬੇਟੀ ਫਰੀਦਕੋਟ ਵਿਖੇ ਚੰਗੇ ਘਰਾਣੇ ਚ ਵਿਆਹੀ ਹੋਈ ਹੈ ਗਰਗ ਦੇ ਪੋਤੇ-ਪੋਤੀਆਂ ਦੋਤੇ-ਦੋਤੀਆਂ ਜਵਾਨ ਹੋ ਗਏ ਹੈ ਗਰਗ ਜੋੜੀ ਨੂੰ ਸਨ 2001 ਵਿੱਚ ਅਮਰੀਕਾ ਦਾ ਗ੍ਰੀਨ ਕਾਰਡ ਮਿਲ ਗਿਆ ਸੀ ਪਰ 2008 ਵਿੱਚ ਉਹਨਾਂ ਨੇ ਗ੍ਰੀਨ ਕਾਰਡ ਵਾਪਸ ਕਰ ਦਿੱਤਾ ਲੋਕ ਤਾਂ ਅਜੇ ਦੇਸ਼ਾਂ ਨੂੰ ਜਾਣ ਲਈ ਰਸਤੇ ਤੜਾਉਂਦੇ ਫਿਰਦੇ ਹੈ ਅਰੇ ਗਰਗ ਜੋੜੀ ਉਧਰੋਂ ਰਸਾ ਤੋੜਾ ਕੇ ਇੱਧਰ ਆ ਗਈ ਐ ਗਰਗ ਭਾਵੇਂ ਗੁਰਬਤ ਵਿੱਚ ਹੀ ਪਲਿਆ ਪਰ ਉਹਨੂੰ ਦੁਨੀਆ ਵੇਖਣ ਤੇ ਗੋਹਣ ਦਾ ਚਾਹ ਸੀ ਜਦੋਂ ਉਹਨੇ ਨਵਾਂ ਸਾਈਕਲ ਲਿਆ ਤਾਂ ਚਾਚਾ ਚਾਚਾ ਚ ਸੰਗਰੂਰ ਦਾ ਘੇੜਾ ਲਾਏ ਆ ਉਦੋਂ ਉਸ ਲਈ ਸੰਗਰੂਰੀ ਸਿਆਟਲ ਸੀ ਪਰ ਹੁਣ ਉਹ ਦੋਵੇਂ ਜੀ પતિ ਪਤਨੀ ਆਪਣੇ ਛੋਟੇ ਜਿਹੇ ਆਸ਼ੀਆਨੇ 'ਚ ਆਰਾਮ ਦੀ ਜ਼ਿੰਦਗੀ ਬਸਰ ਕਰ ਰਹੇ ਆ ਗਰਗ ਦਾ ਮਤ ਹੈ ਕਿ ਬਾਹਰਲੇ ਮੁਲਕਾਂ ਦੀ ਚੱਕਾ ਚੌਂ ਤੇ ਹਵਾਈ ਝੂਟੇ ਤਾਂ ਜਵਾਨੀ ਵਿੱਚ ਹੀ ਚੰਗੇ ਲੱਗਦੇ ਪਰ ਬੁੱਢਿਆਂ ਲਈ ਤਾਂ ਆਪਣਾ ਮੁਲਕ ਹੀ ਵਾਰਾ ਖਾਂਦਾ ਇਸ ਛੋਟੇ ਜਿਹੇ ਘਰ 'ਚ ਕਦੇ 8-10 ਜੀਆਂ ਨਾਲ ਰੌਣਕਾਂ ਲੱਗੀਆਂ ਰਹਿੰਦੀਆਂ ਸੀ ਤੇ ਬੱਚਿਆਂ ਦੀਆਂ ਕਿਲਕਾਰੀਆਂ ਵੱਜਦੀਆਂ ਸੀ ਪਰ ਹੁਣ ਹਰ ਸਮੇਂ ਚੁੱਪੀ ਛਾਈ ਰਹਿੰਦੀ ਹੈ ਉਮਰਾਂ ਦੇ 7.5 ਦਹਾਕੇ ਪਾਰ ਕਰ ਚੁੱਕੀ ਗਰਗ ਜੋੜੀ ਚੁੱਪਚਾਪ ਬੈਠੀ ਇੱਕ ਦੂਜੇ ਨੂੰ ਵੇਖਦੀ ਰਹਿੰਦੀ ਹੈ ਇੱਕ ਵਾਰ ਵਿਅੰਗਕਾਰ ਬਲਦੇਵ ਸਿੰਘ ਆਜ਼ਾਦ ਸਵੇਰੇ ਸਵੇਰੇ ਗਰਗ ਨੂੰ ਮਿਲਣ ਚਲਾ ਗਿਆ ਗਰਗ ਦੀ ਪਤਨੀ ਦੋ ਵਾਰ ਚਾਹ ਬਣਾ ਕੇ ਦੇਗੀ ਪਰ ਉਹਨਾਂ ਦੀਆਂ ਤਾਂ ਗੱਲਾਂ ਮੁੱਕਣ ਚੀ ਨਹੀਂ ਸੀ ਆ ਰਹੀਆਂ ਨਾਈ ਬਲਦੇਵ ਆਜ਼ਾਦ ਜਾਣ ਦਾ ਨਾਮ ਲੈ ਰਿਆ ਸੀ 2 ਕੁ ਵਜੇ ਉਹਨਾਂ ਨੇ ਉਹਨਾਂ ਦੋਹਾਂ ਦੀ ਦੁਪਹਿਰ ਦੀ ਰੋਟੀ ਟੇਬਲ ਤੇ ਲਾਈ ਉਹਨਾਂ ਨੂੰ ਖਾਣ ਲਈ ਕਹਿ ਕੇ ਆਪ ਚਾਰੇ ਚੜ ਕੇ ਕੰਪਿਊਟਰ ਤੇ ਗੇਮਾਂ ਖੇਡਣ ਲੱਗ ਪਏ ਜਦ ਦੋਵੇਂ ਵਿਅੰਕਰ ਰੋਟੀ ਖਾ ਰਹੇ ਸੀ ਤੇ ਅਚਾਨਕ ਗਰਗ ਨੂੰ ਅਹਿਸਾਸ ਹੋਇਆ ਕਿ ਪਤਨੀ ਤਾਂ ਕਿਤੇ ਦੇਸੀ ਨਹੀਂ ਰਹੀ ਤੇ ਜਦੋਂ ਦਾ ਆਜ਼ਾਦ ਆਇਆ ਉਹ ਚੱਜ ਨਾਲ ਮੱਥੇ ਹੀ ਨਹੀਂ ਲੱਗੀ ਉੱਚੀ ਉੱਚੀ ਉਹਨੂੰ ਆਵਾਜ਼ਾਂ ਦੇਣ ਲੱਗਾ ਪਤਨੀ ਭਜੀ ਭਜੀ ਥੱਲੇ ਉਤਰਾਈ ਬੜੇ ਨਿਮਰਤਾ ਨਾਲ ਪੁੱਛਣ ਲੱਗੀ ਗਰਗ ਸਾਹਿਬ ਕੀ ਚਾਹੀਦਾ ਹੈ ਚਾਹੀਦਾ ਚੁਹੀਦਾ ਕੁਝ ਨਹੀਂ ਬਸ ਤੂੰ ਸਾਹਮਣੇ ਹੋ ਕੇ ਬੈਠ ਜਾ ਗਰਗਨੇ ਕਿਹਾ ਤੂੰ ਉਸ ਵੱਲ ਵੇਖਦਾ ਹੋਇਆ ਰੋਟੀ ਖਾਂਦਾ ਰਿਹਾ ਹੱਥ ਧੋਕੇ ਉਹਨੇ ਆਜ਼ਾਦ ਨੂੰ ਕਿਹਾ ਬਲਦੇਵ ਆਪਣੀ ਮੱਧ ਵਰਗੀ ਲੋਕਾਂ ਦੀ ਕੀ ਜ਼ਿੰਦਗੀ ਐ ਸਾਲੀ ਪਹਿਲਾਂ ਆਪ ਸੈੱਟ ਹੋਣ ਲਈ ਸੰਘਰਸ਼ ਕਰੋ ਫਿਰ ਬੱਚਿਆਂ ਨੂੰ ਸੈੱਟ ਕਰੋ ਫਿਰ ਬੱਚਿਆਂ ਦੇ ਬੱਚਿਆਂ ਨੂੰ ਸੰਭਾਲੋ ਚਲੋ ਖੈਰ ਸਾਡੇ ਬੱਚੇ ਆਪੋ ਆਪਣੇ ਘਰਾਂ ਰੰਗੀ ਵਸਦੇ ਐ ਤੇ ਉਹਨਾਂ ਦੇ ਬੱਚੇ ਵੀ ਹੁਣ ਡਾਰ ਹੋ ਗਏ ਐ ਅਸੀਂ ਤਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਕੇ ਸੁਰਖਰੂ ਹੋ ਗਏ ਆ ਕਹਿੰਦੇ ਹੁੰਦੇ ਆ ਵੀ ਰੈਡੀ ਮਨੀ ਐਂਡ 올ਡ ਵਾਈਫ ਆਰ ਦਾ ਬੈਸਟ ਫਰੈਂਡਸ ਇਨ 올ਡ ਏਜ ਮੇਰੇ ਕੋਲ ਤਾਂ ਦੋਵੇਂ ਹੀ ਹਨ ਅਸੀਂ ਦੋਵੇਂ ਜੀ ਇੱਥੇ ਖੁਸ਼ ਹਾਂ ਸਾਡੇ ਸਾਡੀ ਬੁੱਢਿਆਂ ਦੀ ਤਾਂ ਇਹ ਹਾਲਤ ਹੋਈ ਪਈ ਹੈ ਕਿ ਤੈਨੂੰ ਤਾਪ ਚੜੇ ਮੈਂ ਹੂੰਗਾ ਅਸੀਂ ਤਾਂ ਹੁਣ ਇੱਕ ਦੂਜੇ ਨੂੰ ਵੇਖ ਵੇਖ ਕੇ ਹੀ ਜਿਉਂਦੇ ਆ ਇਹ ਕਹਿੰਦੇ ਆ ਭਾਵਕ ਹੋਏ ਗਰਗ ਦੀਆਂ ਅੱਖਾਂ ਸੇਮ ਆਈਆਂ ਪਰ ਅਗਲੇ ਪਾਲੀ ਉਹਦੇ ਚਿਹਰੇ ਤੇ ਖੁਸ਼ੀ ਦਾ ਝਲਕਾਰਾ ਵੱਜਿਆ ਤੇ ਉਹ ਹੱਥ ਤੇ ਹੱਥ ਮਾਰ ਕੇ ਹੱਸਦਾ ਬੋਲਿਆ ਇਹੀ ਤਾਂ ਜ਼ਿੰਦਗੀ ਹੈ ਮਿੱਤਰ ਪਿਆਰਿਓ ਉਦਰ ਕੁਰਸੀ ਤੇ ਬੈਠੀ ਜਾਣ ਕਰਾ ਰਹੀ ਚੁੰਨੀ ਨਾਲ ਆਪਣੀ ਅੱਖਾਂ ਪੂੰਝ ਰਹੀ ਸੀ ਧੰਨਵਾਦ